ਫਨ ਹੁੰਦਾ ਇਹਦੇ ਵਿੱਚ ਇਹ ਚੀਜ਼ਾਂ ਚ ਨਾ ਅਸੀਂ ਹਾਈਕਾਂ ਹੋਕਾਂ ਤੇ ਜਾਂਦੇ ਆ ਤਾਂ ਫਿਰ ਅਸੀਂ ਬڑے ਇਵੈਂਟਸ ਆਰਗੇਨਾਈਜ਼ ਕਰਦੇ ਆ ਥੋੜਾ ਫਨ ਐਡ ਕੀਤਾ ਆਪਣੀ ਲਾਈਫ ਚ ਅਸੀਂ ਲੁੱਕ ਫਾਰਵਰਡ ਕਰਦੇ ਆ ਸੈਟਰਡੇ ਸੰਡੇ ਨੂੰ ਕਿਸੇ ਨੂੰ ਵੋਡਕਾ ਪੀਤੇ ਬਿਨਾ ਫਨ ਨਹੀਂ ਆ ਸਕਦਾ ਕਿਸੇ ਨੂੰ ਬਿਲਕੁਲ ਸ਼ਰਾਬ ਪੀਤੇ ਬਿਨਾ ਫਨ ਨਹੀਂ ਆ ਸਕਦਾ ਕਿਸੇ ਨੂੰ ਡਾਂਸ ਕੀਤੇ ਬਿਨਾ ਫਨ ਨਹੀਂ ਆ ਸਕਦਾ ਤੇ ਇਹਦੇ ਲੈਵਲਸ ਨੇ ਆਪਣੇ ਆਪਾਂ ਕਦੀ ਇਸ ਐਂਗਲ ਤੋਂ ਨਹੀਂ ਸੋਚਦੇ ਆਪਾਂ ਆਪਾਂ ਸਿਰਫ ਇਹ ਸੋਚਦੇ ਆ ਪੈਸਾ ਤੇ ਫਨ ਪੈਸਾ ਤੇ ਫਨ ਆਪਾਂ ਕਦੀ ਸਾਇੰਟਿਫਿਕਲੀ ਨਹੀਂ ਸੋਚਦੇ ਕਿ ਫਨ ਹੁੰਦਾ ਕੀ ਆ ਤੇ ਐਟ ਲੀਸਟ ਉਹ ਜਿਹੜੇ 12 13 ਸਾਲ ਆਫ ਤੁਹਾਡੀ ਇਨੀਸ਼ੀਅਲ ਲਾਈਫ ਹੁੰਦੇ ਨੇ ਨਾ ਤੁਹਾਡੇ ਬੱਚਿਆਂ ਦੇ ਉਹਨਾਂ ਨੂੰ ਬਹੁਤ ਬੋਰਿਅਤ ਚ ਰੱਖੋ ਮੈਂ ਤਾਂ ਇਹ ਕਹਿੰਨੀ ਆ ਉਹਨਾਂ ਨੂੰ ਨਾ ਬੋਰਿਅਤ ਨੂੰ ਝੇਲਣਾ ਆ ਜਾਂਦਾ ਹੈ ਜਦੋਂ ਜਦੋਂ ਤੁਹਾਨੂੰ ਬੋਰਿਅਤ ਨੂੰ ਝੇਲਣਾ ਆ ਗਿਆ ਨਾ ਤੁਹ ਤੁਹਾਡੀ ਇੰਜੋਏਮੈਂਟ ਤੇ ਆਨੰਦ ਆਪਣੇ ਆਪ ਤੁਹਾਨੂੰ ਆਣ ਲੱਗ ਜਾਂਦਾ ਹੈ हां वे मोन जी तਸੀਂ ਤਾਂ ਅੱਜ ਜਾ ਕੇ ਆਏ ਆ ਇੱਕ ਆਪਣੇ ਇੱਥੇ ਪਰਜੀਅਨ ਨਿਊ ਇਅਰ ਪਾਰਟੀ ਤੇ ਉਹਨੂੰ ਨਵਰੂਜ਼ ਕਹਿੰਦੇ ਨੇ ਤੇ ਅਸੀਂ ਨਾ ਥੋੜਾ ਹੁਣ ਇੱਥੇ ਮੈਂ ਤੇ ਸ਼ੰਮੀ ਦੀਦੀ ਅਸੀਂ ਇੱਕ ਵਿਮਨ ਆਰਗੇਨਾਈਜੇਸ਼ਨ ਜੁਆਇਨ ਕੀਤੀ ਐ ਇੱਥੇ ਤੇ ਅਸੀਂ ਥੋੜੇ ਜਿ ਮਲਟੀਕਲਚਰ ਹੋਣ ਦੀ ਟਰਾਈ ਕਰ ਰਹੇ ਆ ਵੀ ਆਪਣੇ ਆਪਣੇ ਕਲਚਰ ਚੋਂ ਨਿਕਲ ਕੇ ਬਾਕੀ ਲੋਕਾਂ ਦਾ ਵੀ ਦੇਖੀਏ ਤੇ ਬੜਾ ਫਨ ਹੁੰਦਾ ਇਹਦੇ ਜੀ ਚੀਜ਼ਾਂ ਚ ਨਾ ਅਸੀਂ ਹਾਈਕਾਂ ਹੁਕਾਂ ਤੇ ਜਾਂਦੇ ਆ ਤੇ ਫਿਰ ਅਸੀਂ ਬੜੇ ਇਵੈਂਟਸ ਆਰਗੇਨਾਈਜ਼ ਕਰਦੇ ਆ ਥੋੜਾ ਫਨ ਐਡ ਕੀਤਾ ਆਪਣੀ ਲਾਈਫ 'ਚ ਅਸੀਂ ਲੁਕੂ ਫਾਰਵਰਡ ਕਰਦੇ ਆ ਸੈਟਰਡੇ ਸੰਡੇ ਨੂੰ ਵੀ ਸੈਟਰਡੇ ਆਊਗਾ ਵੀ ਸਾਡਾ ਕੋਈ ਨਾ ਕੋਈ ਇਵੈਂਟ ਹੋਊਗਾ ਸਾਡਾ ਅਸੀਂ ਨਾ ਹੁਣੇ ਪਰਸ਼ੀਅਨ ਜਿਹੜੀ اٹੈਂਡ ਕਰਕੇ ਆਏ ਆ ਨਵਰੂਜ਼ اٹੈਂਡ ਕਰਕੇ ਆਏ ਆ ਪਾਰਟੀ ਇਹਦੇ ਚ ਨਾ ਉਹਨਾਂ ਨੇ ਬਹੁਤ ਕੁਝ ਡਿਸ਼ਸ ਬਣਾਈਆਂ ਸੀਗੀਆਂ ਪਰਸ਼ੀਅਨ ਡਿਸ਼ਸ ਡਿਸ਼ਸ ਬਣਾਈਆਂ ਹੋਈਆਂ ਸੀਗੀਆਂ ਤੇ ਅਸੀਂ ਪੁੱਛ ਪੁੱਛ ਕੇ ਵੀ ਇਹਦੇ ਚ ਕੀ ਹੈ ਇਹਦੇ ਚ ਕੀ ਹੈ ਵੀ ਅਸੀਂ ਕਿਤੇ ਬੀਫ ਬੂਫ ਨਾ ਖਾ ਲਈਏ ਕੋਈ ਬੀਫ ਵੀ ਖਾਂਦੇ ਨੇ ਨਾ ਤਾਂ ਈਰਾਨ ਦਾ ਹੁੰਦਾ ਫੈਸਟੀਵਲ ਤੇ ਫਿਰ ਅਸੀਂ ਖਾ ਕੇ ਆਏ ਇੱਕ ਚੀਜ਼ ਜੀ ਸੀਗੀ ਉੱਥੇ ਜਿਵੇਂ ਦਾਲ ਆਪਣੀ ਜਿਵੇਂ ਦਾਲ ਆਪਾਂ ਖਾਣੇ ਹੁੰਦੇ ਆ ਨਾ ਸੇਮੋ ਹੀ ਚੀਜ਼ ਅਸੀਂ ਕਿਹਾ ਤਾਂ ਦਾਲ ਐ ਉਹ ਉਹਨੂੰ ਕੁਝ ਹੋਰ ਕਹਿੰਦੇ ਨੇ ਉਹਨੂੰ ਵਿੱਚ ਦਾਲ ਦੇ ਵਿੱਚ ਉਹਨਾਂ ਨੇ ਪਾਲਕ ਫੁਲਕ ਮਿਕਸ ਕੀਤੀ ਹੁੰਦੀ ਆ ਮਾੜੀ ਮੋਟੀ ਤੇ ਉਹ ਐ ਨਾ ਤੇ ਬਾਕੀ ਰਾਈਸ ਆਪਣੇ ਵਰਗੇ ਹੀ ਸੀ ਵੀ ਜਿਵੇਂ ਰਾਈਸ ਹੁੰਦੇ ਨੇ ਉਹ ਫਿਸ਼ ਸੀਗੀ ਫਿਸ਼ ਤਾਂ ਹੈਰ ਆਪਾਂ ਵੀ ਸੇਮ ਤਰੀਕੇ ਨਾਲ ਖਾਂਦੇ ਆ ਤੇ ਬਹੁਤ ਸਾਰੀਆਂ ਚੀਜ਼ਾਂ ਆਪਣੇ ਨਾਲ ਹੀ ਰਲਦੀਆਂ ਰੁਲਦੀਆਂ ਜੀਆਂ ਸੀਗੀਆਂ ਤੇ ਐਦਾਂ ਨਹੀਂ ਲੱਗਿਆ ਵੀ ਉਹ ਸਾਨੂੰ ਕਿ ਬਹੁਤ ਹੀ ਡਿਫਰੈਂਟ ਆ ਤੇ ਥੋੜੇ ਮਸਾਲੇ ਘੱਟ ਹੁੰਦੇ ਨੇ ਉਹ ਸਾਨੂੰ ਲੱਗਿਆ ਕਿ ਇੰਡੀਅਨ ਤੇ ਜਿਹੜੇ ਮੈਕਸੀਕਨ ਹੁੰਦੇ ਨੇ ਉਹ ਮਸਾਲੇ ਜ਼ਿਆਦਾ ਖਾਂਦੇ ਨੇ ਤੇ ਬਾਕੀ ਲੋਕ ਜਿਹੜੇ ਹੁੰਦੇ ਨੇ ਉਹਨੇ ਮਸਾਲਿਆਂ ਨੂੰ ਘੱਟ ਰੱਖਦੇ ਨੇ ਹੈ ਨਾ ਤੇ ਮਿਊਜ਼ਿਕ ਵੀ ਵਧੀਆ ਜਿਵੇਂ ਹੁੰਦਾ ਹੈ ਅਰੇਬੀਅਨ ਮਿਊਜ਼ਿਕ ਹੁੰਦਾ ਹੈ ਉਹ ਮਿਊਜ਼ਿਕ ਲੱਗਿਆ ਹੋਇਆ ਸੀਗਾ ਨਾਲ ਤੇ ਅੱਛਾ ਰਿਹਾ ਮਜ਼ਾ ਆਉਂਦਾ ਹੈ ਅੱਛਾ ਹੈ ਮਜ਼ੇਦਾਰ ਚੀਜ਼ਾਂ ਨੇ ਤੇ ਇਹ ਆ ਗਿਆ ਆਪਣਾ ਫਨ ਦਾ 파ਟ ਹੈ ਨਾ ਆਪਾਂ ਗੱਲ ਕਰ ਰਹੇ ਸੀਗੇ ਕਿ ਆਪਣੀ ਜਿਹੜੀ ਲਾਈਫ ਦੇ ਮੋਟਾ-ਮੋਟਾ ਤੁਸੀਂ ਕਹਿ ਲਓ ਨਾ ਕਿ ਜਿਹੜੇ ਮੋਟਿਵ ਹੁੰਦੇ ਨੇ ਅ ਦੋ ਹਿੱਸਿਆਂ 'ਚ ਡਿਵਾਈਡ ਹੁੰਦੇ ਨੇ ਇੱਕ ਤਾਂ ਹੁੰਦਾ ਵੀ ਤੁਹਾਨੂੰ ਫਨ ਚਾਹੀਦਾ ਜ਼ਿੰਦਗੀ 'ਚ ਹਨਾ ਵੀ ਤੁਹਾਨੂੰ ਮਜ਼ਾ ਆਉਣਾ ਚਾਹੀਦਾ ਹੈ ਆਪਾਂ ਉਹਨੂੰ ਲੁੱਕ ਫਾਰਵਰਡ ਕਰਦੇ ਹਾਂ ਚੀਜ਼ਾਂ ਨੂੰ ਤੇ ਦੂਜਾ ਹੁੰਦਾ ਜੋ ਆਪਾਂ ਦੁਖੀ ਹੋ ਕੇ ਕਰਦੇ ਆ ਬੜਾ ਵੱਟਾ ਕੰਮ ਉਹਦੇ ਪਿੱਛੇ ਮੇਨ ਮੋਟਿਵ ਹੁੰਦਾ ਕਿ ਆਪਾਂ ਪੈਸਾ ਕਮਾ ਲਈਏ ਹਨਾ ਵੀ ਮਰ ਮਰ ਕੇ ਜੌਬਾਂ 'ਚ ਜਾਓ ਆਪਾਂ ਤੁਸੀਂ ਲਾਈਕ ਕਰੋ ਜਾਂ ਨਾ ਕਰੋ ਤੇ ਆਪਾਂ ਫਿਰ ਵੀ ਕਰਦੇ ਹਾਂ ਉਹ ਇੰਪੋਰਟੈਂਟ ਉਹਦਾ ਟਾਈਮ ਜਿਹੜਾ ਹੈਗਾ ਡਿਵੋਟ ਕਰਦੇ ਆ ਉਹ ਕੰਮ ਕਰਨ ਤੇ ਉਹ ਇਸ ਲਈ ਕਿ ਆਪਾਂ ਪੈਸਾ ਕਮਾਉਣਾ ਹੁੰਦਾ ਤਾਂ ਲੈ ਦੇ ਕੇ ਜਿਹੜੀਆਂ ਮੈਂ ਤਾਂ ਇਹ ਵੀ ਕਹੂੰਗੀ ਮੁੰਜੀਤ ਕੀ ਇਵਨ ਜਿਹੜਾ ਆਪਾਂ ਪੈਸਾ ਕਮਾਉਂਦੇ ਆ ਉਹਦੇ ਪਿੱਛੇ ਵੀ ਫਨ ਹੁੰਦਾ ਕਿਤੇ ਨਾ ਕਿਤੇ ਕਿਉਂਕਿ ਪੈਸਾ ਵੀ ਅਲਟੀਮੇਟ ਕਨਵਰਟ ਤਾਂ ਆਪਾਂ ਫਨ ਚ ਹੀ ਕਰਨਾ ਹੁੰਦਾ ਨਾ ਉਹਨੂੰ ਕਨਵਰਟ ਤਾਂ ਅਲਟੀਮੇਟ ਜੋ ਆਪਾਂ ਏਮ ਕਰਦੇ ਆ ਲਾਈਫ 'ਚ ਆਪਾਂ ਨੂੰ ਇਹ ਹੁੰਦਾ ਕਿ ਆਪਣਾ ਟਾਈਮ ਵਧੀਆ ਜਾਣਾ ਚਾਹੀਦਾ ਬਸ ਸਾਨੂੰ ਫਨ ਆਣਾ ਚਾਹੀਦਾ ਹੈ ਨਾ ਦੈਟਸ ਆਲ ਦੈਟ ਮੈਟਰਸ ਇਨ ਲਾਈਫ ਮੈਨੂੰ ਲੱਗਦਾ ਬਾਕੀ ਚੀਜ਼ਾਂ ਜਿਹੜੀਆਂ ਅਸੀਂ ਸਮਾਜ ਸੇਵਾ ਕਰਨੀ ਦੂਜੇ ਦਾ ਭਲਾ ਕਰਨਾ ਨਾ ਇਹ ਸਭ ਚੀਜ਼ਾਂ ਕਰਨੀਆਂ ਇਹ ਕਿਤੇ ਨਾ ਕਿਤੇ ਬਹੁਤ ਇੰਪੋਰਟੈਂਟ ਨਹੀਂ ਲੱਗਦੀਆਂ ਲਾਈਫ ਦੇ ਵਿੱਚ ਅਲਟੀਮੇਟਲੀ ਆਪਾਂ ਚਾਹਨੇ ਫਨੀ ਆ ਹਾਂ ਨਹੀਂ ਇਹਦੇ ਚ ਦੇਖੋ ਚਾਹਦੇ ਤਾਂ ਸਾਰੇ ਲੋਗ ਹੀ ਨੇ ਹਮੇਸ਼ਾ ਫਨ ਕਰਨਾ ਕੋਈ ਕਿਉਂ ਨਹੀਂ ਕਰੂਗਾ ਕਿ ਫਨ ਮੈਂ ਕਿਉਂ ਨਾ ਕਰਾਂ ਹਮੇਸ਼ਾ ਬੰਦਾ ਟਰਾਈ ਤਾਂ ਫਨ ਕਰਨਾ ਹੀ ਚਾਹੂਗਾ ਤੇ ਜਿਹੜਾ ਤੁਸੀਂ ਪੈਸਾ ਵੀ ਕਮਾਰੇ ਹੋ ਉਹ ਪੈਸਾ ਵੀ ਸਾਰੇ ਲੋਗ ਹੀ ਚਾਹਦੇ ਨੇ ਕਿ ਕਿਸੇ ਦਿਨ ਉਸ ਪੈਸੇ ਨਾਲ ਨੂੰ ਅਸੀਂ ਇੱਕ ਫਨ ਚ ਕਨਵਰਟ ਕਰ ਲਈਏ ਤੇ ਪਰ ਇਹ ਜਿਹੜਾ ਮਾਡਲ ਹੈਗਾ ਇਹ ਸਿਰਫ ਬਹੁਤ ਮੈਂ ਕਹਿੰਨਾ ਨੈਰੋ ਮਾਡਲ ਆ ਕਿਉਂਕਿ ਅਸੀਂ ਸਿਸਟਮਸ ਨੂੰ ਨਹੀਂ ਸਮਝ ਪਾਉਂਦੇ ਤਾਈਓ ਫਿਰ ਕੱਲ ਨੂੰ ਕ੍ਰਾਈਸਿਸ ਵੀ ਤਾਈਓ ਆਉਂਦੇ ਨੇ ਬਿਕਾਜ਼ ਤੁਸੀਂ ਵੱਡੇ ਡਿਜ਼ਾਈਨ ਨੂੰ ਨਹੀਂ ਸਮਝਦੇ ਸਿਰਫ ਫਨ ਤੇ ਪੈਸੇ ਤੋਂ ਫਨ ਦੇ ਵਿੱਚ ਹੀ ਆਪਣੀ ਲਾਈਫ ਕੱਟ ਲੈਣੇ ਦੋ ਚੀਜ਼ਾਂ ਦੇ ਵਿੱਚ ਤੇ ਫਨ ਜਿਹੜਾ ਹੁੰਦਾ ਇਹਦੀ ਵੀ ਆਪਣੀ ਆਪਣੀ ਇੱਕ ਲਿਮਿਟ ਆ ਕਿਉਂਕਿ ਲੈ ਦੇ ਕੇ ਇਹ ਜ਼ਿਆਦਾ ਹੈਗਾ ਤੁਹਾਡਾ ਸਟੀਮੂਲੈਂਟ ਟਾਈਪ ਆ ਤੁਹਾਡੇ ਦਿਮਾਗ ਦੇ ਕੋਈ ਕਿਸੇ ਨੂੰ ਵੋਡਕਾ ਪੀਤੇ ਬਿਨਾ ਫਨ ਨਹੀਂ ਆ ਸਕਦਾ ਕਿਸੇ ਨੂੰ ਬਿਲਕੁਲ ਸ਼ਰਾਬ ਪੀਤੇ ਬਿਨਾ ਫਨ ਨਹੀਂ ਆ ਸਕਦਾ ਕਿਸੇ ਨੂੰ ਡਾਂਸ ਕੀਤੇ ਬਿਨਾ ਫਨ ਨਹੀਂ ਆ ਸਕਦਾ ਤੇ ਇਹਦੇ ਲੈਵਲਸ ਨੇ ਆਪਣੇ ਆਪਾਂ ਕਦੀ ਇਸ ਐਂਗਲ ਤੋਂ ਨਹੀਂ ਸੋਚਦੇ ਆਪਾਂ ਆਪਾਂ ਸਿਰਫ ਇਹ ਸੋਚਦੇ ਆ ਪੈਸਾ ਤੇ ਫਨ ਪੈਸਾ ਤੇ ਫਨ ਆਪਾਂ ਕਦੀ ਸਾਇੰਟਿਫਿਕਲੀ ਨਹੀਂ ਸੋਚਦੇ ਕਿ ਫਨ ਹੁੰਦਾ ਕੀ ਆ ਉਹਦੇ ਨਾ ਹੋਣ ਕਰਕੇ ਇਹ 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 ਪ੍ਰੋਸੈਸ ਲੰਬਾ ਨਹੀਂ ਚੱਲ ਪਾਂਦਾ ਫੰਨ ਵਾਲਾ ਇਸ ਪ੍ਰੋਸੈਸ ਦੇ ਵਿੱਚ ਥੋੜੇ ਸਾਲ ਫੰਨ ਆਂਦਾ ਜਾਂ ਕੁਝ ਵੀਕਐਂਡਸ ਤੇ ਫੰਨ ਆਂਦਾ ਫਿਰ ਕ੍ਰਾਈਸਿਸ ਆਂਦੇ ਨੇ ਤਾਂ ਇਹਦੇ ਕਰਕੇ ਕਿਹਾ ਗਿਆ ਕਿ ਹਿਊਮਨਸ ਨੇ ਸਭ ਤੋਂ ਜ਼ਿਆਦਾ ਟਰਾਈ ਕੀਤੀ ਫੰਨ ਦੀ ਲਾਈਫ ਚ ਲੈ ਕੇ ਆਉਣ ਵਾਸਤੇ ਸਾਰੇ ਸਿਸਟਮ ਡਵੈਲਪ ਕਰ ਲਏ ਸਭ ਕੁਝ ਕਰ ਲਏ ਪਰ ਫਿਰ ਵੀ ਹਿਊਮਨ ਹੀ ਆ ਜਿਹੜਾ ਸੁਸਾਈਡ ਕਰਦਾ ਕਿਉਂਕਿ ਜਿਹੜਾ ਬਾਕੀ ਪੋਰਸ਼ਨ ਆਪਾਂ ਸੀਗਾ ਨਾ ਆਪਾਂ ਇਹ ਦੋ ਚੀਜ਼ਾਂ 'ਚ ਇੰਨਾ ਟਾਈਮ ਇਨਵੈਸਟ ਕਰਤਾ ਕਿ ਆਪਾਂ ਓਵਰঅল ਡਿਜ਼ਾਈਨ ਸਮਝਣ ਨੂੰ ਟਾਈਮ ਹੀ ਨਹੀਂ ਲਗਾਇਆ ਤੇ ਜਦੋਂ ਡਿਜ਼ਾਈਨ ਦਾ ਡਿਜ਼ਾਈਨ ਕਿਤੇ ਚਲੇ ਜਾਂਦਾ ਆਪਣੀ ਲਾਈਫ ਕਿੱਧਰ ਨੂੰ ਚਲੇ ਜਾਂਦੀ ਆ ਤੇ ਉਹ ਦੋਨਾਂ ਦਾ ਫਿਰ ਇਹ ਜਿੱਸ ਇੱਕ ਤਾਲਮੇਲੀ ਨਹੀਂ ਬਣਦਾ ਰਿਦਮ ਹੀ ਨਹੀਂ ਬਣ ਪਾਂਦੀ ਤੇ ਐਂਡ 'ਚ ਉਹ ਸਿਸਟਮ ਇੰਨਾ ਜ਼ਿਆਦਾ ਡੀਰੇਲ ਹੋ ਜਾਂਦਾ ਕਿ ਤੁਸੀਂ ਤੁਸੀਂ ਫਿਰ ਕ੍ਰਾਈਸਿਸ 'ਚ ਆ ਜਾਂਦੇ ਹੋ ਤੁਹਾਨੂੰ ਸਮਝ ਹੀ ਨਹੀਂ ਆਉਂਦਾ ਕਰੀਏ ਤਾਂ ਕਰੀਏ ਕੀ ਤਾਂ ਫਿਰ ਉਦੋਂ ਜਾ ਕੇ ਡਿਜ਼ੀਜ਼ ਤੇ ਕਹ ਲਓ ਕਿ ਡਿਪਰੈਸ਼ਨ ਇਹ ਸਾਰੀ ਚੀਜ਼ਾਂ ਆ ਜਾਂਦੀਆਂ ਨੇ ਇਨਫੈਕਟ ਇੱਥੇ ਤੱਕ ਗੱਲ ਆਈ ਆ ਅਸੀਂ ਵਰਕਸ਼ਾਪ ਕਰਦੇ ਨੇ ਰਿਸ਼ੀ ਮੀਰਨ ਸ਼ਾਹ ਦੀ ਉਹਦੇ 'ਚ ਇਹੀ ਗੱਲ ਕਹਿੰਦੇ ਨੇ ਰਿਸ਼ੀ ਬਹੁਤ ਕਲੀਅਰਲੀ ਬੜੇ ਤਰੀਕੇ ਨਾਲ ਸਮਝਾਉਂਦੇ ਉਹਦੇ 'ਚ ਕਿ ਜਿੰਨੇ ਵੀ ਤੁਸੀਂ ਚੁਟਕਲੇ ਜਾਂ ਕਪਿਲ ਸ਼ਰਮਾ ਸ਼ੋਅ ਟਾਈਪ ਚੀਜ਼ਾਂ ਜਿੰਨੀਆਂ ਵੀ ਆਣਗੀਆਂ ਜ਼ਿਆਦਾ ਉਹ ਨਿਸ਼ਾਨੀਆਂ ਕਿ ਉਸ ਸਮਾਜ ਦੇ ਵਿੱਚ ਪੇਨ ਬਹੁਤ ਆ ਡਿਪਰੈਸ਼ਨ ਬਹੁਤ ਜ਼ਿਆਦਾ ਕਿਉਂਕਿ ਲੋਕ ਲੋਗਾਂ ਨੂੰ ਬਹਾਨਾ ਚਾਹੀਦਾ ਹੈ ਉਹ ਥੋੜਾ ਆਪਣੇ ਦਿਮਾਗ ਨੂੰ ਰਿਲੈਕਸ ਕਰਨ ਦਾ ਹਨਾ ਫਿਰ ਲੱਭਦੇ ਆਪਾਂ ਉਹ ਸਟੀਮੂਲੈਂਟ ਹਾਂ ਤਾਂ ਇਹ ਬੇਸਿਕਲੀ ਬੇਹੋਸ਼ੀ ਦੇ ਵਿੱਚ ਜਿਉਂਨੇ ਆ ਆਪਾਂ ਮਤਲਬ ਜਿਹੜੇ ਆਪਣੇ ਨਾ ਕੌਨਸ਼ੀਅਸਲੀ ਆਪਾਂ ਜਿਉਂਦੇ ਨਹੀਂ ਕਿਉਂਕਿ ਅਸੀਂ ਚਾਹਦੇ ਨਹੀਂ ਕਿ ਸਾਡੇ ਦਿਮਾਗ ਦੇ ਉੱਤੇ ਸਟ੍ਰੈਸ ਆਵੇ ਤਾ ਅਸੀਂ ਫਿਰ ਕੀ ਕਰਦੇ ਆ ਜਿੰਨਾ ਟਾਈਮ ਜਦੋਂ ਵੀ ਸਟ्रेस ਬਹੁਤ ਵੱਧ ਜਾਂਦਾ ਫਿਰ ਅਸੀਂ ਇਹ ਜੇ ਲੱਭਦੇ ਆ ਚੀਜ਼ਾਂ ਜਿੱਥੇ ਜਾ ਕੇ ਕਿ ਅਸੀਂ ਬਿਲਕੁਲ ਆਪਣੇ ਆਪ ਨੂੰ ਬੇਹੋਸ਼ ਕਰ ਲਈਏ ਤੇ ਅਸੀਂ ਕੌਨਸ਼ੀਅਸਨੈਸ ਤੋਂ ਬਾਹਰ ਚਲੇ ਜਾਈਏ ਤੇ ਇਹ ਇਹੀ ਮਾਡਲ ਆ ਤੇ ਇੱਥੇ ਇੱਥੇ ਹੀ ਚੱਲਦਾ ਰਹਿੰਦਾ ਸਿਸਟਮ ਹਾਂ ਨਹੀਂ ਮੈਨੂੰ ਲੱਗਦਾ ਕਿ ਜਿਹੜਾ ਫਨ ਹੁੰਦਾ ਨਾ ਫਨ ਦੀ ਜਗ੍ਹਾ ਤੇ ਆਪਾਂ ਨੂੰ ਏਮ ਕਰਨਾ ਚਾਹੀਦਾ ਜੁਆਏ ਹਨਾ ਜੁਆਏ ਅਲੱਗ ਚੀਜ਼ ਹੁੰਦੀ ਹੈ ਹਾਂ ਹੈਪੀਨੈਸ ਕਹ ਲੋ ਚਾਹੇ ਤੁਸੀਂ ਉਹਨੂੰ ਜੁਆਏ ਕਹ ਲੋ ਜਿਦੇ ਜਿਕੇ ਨਾ ਤੁਹਾਡਾ ਸਟੇਟ ਆਫ ਮਾਈਂਡ ਜਿਹੜਾ ਹੁੰਦਾ ਹੈ ਬੜਾ ਰਿਲੈਕਸਡ ਰਹਿੰਦਾ ਹੈ ਭਾਵਾਂ ਤੁਸੀਂ ਆ ਆਪਣੀ ਵੀਕਡੇ ਤੇ ਫੋਰ ਐਗਜ਼ਾਮਪਲ ਭਾਵਾਂ ਜੌਬ ਕਰੋ ਜਾਂ ਤੁਸੀਂ ਘਰੇ ਇਕੱਲੇ ਬੈਠੇ ਹੋ ਹਨਾ ਜਾਂ ਤੁਸੀਂ ਹਾਰਡ ਵਰਕ ਕਰ ਰਹੇ ਹੋ ਇਹ ਸਾਰੀਆਂ ਚੀਜ਼ਾਂ ਦੇ ਪਿੱਛੇ ਵੀ ਤੁਸੀਂ ਉਹਨੂੰ ਇਹ ਸਾਰੀ ਚੀਜ਼ਾਂ ਨੂੰ ਵੀ ਜੁਆਇਫੁਲੀ ਕਰ ਸਕਦੇ ਹੋ ਇਹ ਤੁਹਾਡੀ ਸਟੇਟ ਆਫ ਮਾਈਂਡ ਹੈ ਬੇਸਿਕਲੀ ਤੇ ਸਟੇਟ ਆਫ ਮਾਈਂਡ ਜਿਹੜੀ ਹੁੰਦੀ ਹੈ ਜੁਆਇਫੁਲ ਬਣਾਉਣ ਵਾਸਤੇ ਬਹੁਤ ਕੁਝ ਕਰਨਾ ਪੈਂਦਾ ਆਪਾਂ ਨੂੰ ਪਹਿਲੀ ਗੱਲ ਤਾਂ ਅਗੇਨ ਉਹੀ ਗੱਲ ਆ ਜਾਂਦੀ ਤੁਹਾਡੀ ਹੈਲਥ ਠੀਕ ਹੋਣੀ ਚਾਹੀਦੀ ਹੈ ਜਨਨਸੀ ਰਫਾ ਪੈਸਾ ਆਤੇ ਐਨਜੋਇਮੈਂਟ ਨੂੰ ਛੱਡ ਕੇ ਸ਼ਾਰਟ ਟਰਮ ਸ਼ਾਰਟ ਟਰਮ ਐਨਜੋਇਮੈਂਟ ਨੂੰ ਆਪਾਂ ਫਨ ਕਹਿ ਦਿੰਨੇ ਆ ਸ਼ੌ ਜਿਹੜੀ ਵੀਕਐਂਡਸ ਤੇ ਆਪਾਂ ਕਰਦੇ ਆ ਉਹਨੂੰ ਟਾਰਗੇਟ ਛੱਡ ਕੇ ਆਪਾਂ ਜੇ ਓਵਰਆਲ ਆਪਣੀ ਜੁਆਏ ਦੀ ਗੱਲ ਕਰੀਏ ਤਾਂ ਜੁਆਏ ਕਿੱਥੋਂ ਡਰਾਈਵ ਹੁੰਦਾ ਹੈ ਪਹਿਲੀ ਗੱਲ ਤੁਹਾਡਾ ਸਟ्रेस ਲੈਵਲ ਘੱਟ ਹੋਣਾ ਚਾਹੀਦਾ ਦਿਮਾਗ ਦਾ ਤੁਸੀਂ ਕੋਈ ਵੀ ਬਹੁਤ ਸਟ੍ਰੈਸਫੁੱਲ ਜਾਂ ਫਿਰ ਬਹੁਤ ਪੈਸਾ ਕਮਾਉਣ ਦੀ ਗੱਲ ਨਾ ਕਰੋ ਜਿੰਨੇ ਤੁਸੀਂ ਆਪਣੇ ਹਾਰ ਟਾਰਗੇਟ ਰੱਖੋਗੇ ਲਾਈਫ ਚ ਅਨਚੀਵੀਬਲ ਟਾਰਗੇਟ ਰੱਖੋਗੇ ਉਹਨਾਂ ਤੁਸੀਂ ਆਪਣੀ ਲਾਈਫ ਚ ਪੇਨ ਐਡ ਕਰਦੇ ਜਾਓਗੇ ਸਟ्रेस ਐਡ ਕਰਦੇ ਜਾਓਗੇ ਹਨਾ ਤਾਂ ਉਹ ਥੋੜਾ ਬੈਲੈਂਸ ਤਰੀਕੇ ਨਾਲ ਰੱਖੋ ਪਹਿਲੀ ਗੱਲ ਦੂਸਰੀ ਆਪਣੀ ਹੈਲਥ ਦਾ ਖਿਆਲ ਰੱਖੋ ਕਿ ਤੁਹਾਨੂੰ ਕੋਈ ਫਿਜ਼ੀਕਲ ਪੇਨ ਨਾ ਹੋਏ ਕਿਉਂਕਿ ਜੇ ਫਿਜ਼ੀਕਲ ਪੇਨ ਹੋਏ ਤੁਹਾਨੂੰ ਕੋਈ ਨਾ ਕੋਈ ਬਿਮਾਰੀ ਹੋਏ ਤਾਂ ਤੁਸੀਂ ਖੁਸ਼ ਰਹਿ ਹੀ ਨਹੀਂ ਸਕਦੇ ਜੁਆਇਫੁਲ ਤੁਸੀਂ ਰਹਿ ਹੀ ਨਹੀਂ ਸਕਦੇ ਉਹ ਤਾਂ ਬੇਸਿਕ ਹੈ ਬੇਸਿਕਲੀ ਹਰ ਇੱਕ ਚੀਜ਼ ਦਾ ਨਾ ਇਹ ਦੋ ਤਿੰਨ ਚੀਜ਼ਾਂ ਦਾ ਧਿਆਨ ਰੱਖਿਆ ਜਾਵੇ ਨਾ ਤੇ ਆਪਾਂ ਇੱਕ ਜੁਆਇਫੁਲ ਲਾਈਫ ਜੀ ਸਕਦੇ ਆ ਫਿਰ ਆਪਾਂ ਨੂੰ ਇਹ ਜਿਹੜੀਆਂ ਫਨ ਹੁੰਦੇ ਨੇ ਜਿਹੜੇ ਵੀਕੈਂਡ ਫਨਸ ਹੁੰਦੇ ਨੇ ਸ਼ਾਰਟ ਟਰਮ ਉਹਨਾਂ ਨੂੰ ਉਹਨਾਂ ਦਾ ਉਹਨਾਂ ਦੀ ਇੰਤਜ਼ਾਰ ਨਹੀਂ ਕਰਨਾ ਪਊਗਾ ਉਹਨਾਂ ਦੇ ਇੰਤਜ਼ਾਰ ਚ ਤੁਹਾਨੂੰ ਰਹਿਣਾ ਨਹੀਂ ਪਊਗਾ ਹਮੇਸ਼ਾ ਨਾ ਤੇ ਇੱਕ ਠੀਕ ਠਾਕ ਜਿਹੀ ਲਾਈਫ ਜਿਉਂ ਜੋ ਹਮ ਇਹਨੂੰ ਜਿਵੇਂ ਓਸ਼ੋ ਓਸ਼ੋ ਦੀ ਉਹ ਜਿਹੜੀ ਮਹਾਵੀਰ ਬਾਣੀ ਆ ਨਾ ਮਹਾਵੀਰ ਦੀ ਜਿਹੜੀ ਉਹਨੇ ਸਮਝਾਈ ਆ ਉਹਦੇ ਚ ਬਹੁਤ ਇੰਪੋਰਟੈਂਟ ਦਿੱਤਾ ਗਿਆ ਇਸ ਦੇ ਉੱਤੇ ਤੇ ਉਹਦੇ ਚ ਉਹ ਕਹਿੰਦੇ ਕਹਿੰਦੇ ਨੇ ਕਿ ਆਨੰਦ ਦੀ ਵਿਵਸਥਾ आनंद ਵਰਡ ਯੂਜ਼ ਕੀਤਾ ਗਿਆ ਆਨੰਦ ਤੇ ਫਨ ਬਿਲਕੁਲ ਡਿਫਰੈਂਟ ਡਿਫਰੈਂਟ ਨੇ ਦੋ ਅੱਢ ਚੀਜ਼ਾਂ ਨੇ ਆਨੰਦ ਹੋਣਾ ਕਿ ਤੁਸੀਂ ਹਰ ਟਾਈਮ ਹੀ ਇੱਕ ਅਜਿਹੀ ਸਿਚੁਏਸ਼ਨ ਚੋਂ ਜਿੱਥੇ ਤੁਸੀਂ ਚਾਹੇ ਤੁਸੀਂ ਕੰਮ ਕਰ ਰਹੇ ਹੋ ਚਾਹੇ ਤੁਸੀਂ ਤੁਸੀਂ ਬੇਸਿਕਲੀ ਆਨੰਦ ਮਤਲਬ ਆ ਕਿ ਤੁਸੀਂ ਕੰਟਰੋਲ ਚੋਂ ਤੇ ਤੁਸੀਂ ਨਾ ਰੇਡੀਓ ਹਰ ਚੀਜ਼ ਵਾਸਤੇ ਤੇ ਉਹਦੇ ਚ ਜਿਹੜੀ ਰੈਡੀਨੈਸ ਹੈਗੀ ਉਹ ਹੈਗੀ ਇਨਟਰੋਸਪੈਕਸ਼ਨ ਦੇ ਨਾਲ ਆਂਦੀ ਆ ਹੁਣ ਤੁਸੀਂ ਕੁਝ ਚੀਜ਼ਾਂ ਨੂੰ ਤੁਸੀਂ ਸਮਝ ਪਾਣੇ ਹੋ ਕਿਉਂਕਿ ਤੁਸੀਂ ਆਪਣਾ ਇਨਟਰੋਸਪੈਕਸ਼ਨ ਵੱਲ ਨੂੰ ਧਿਆਨ ਦੇਣੇ ਹੋ ਤੁਸੀਂ ਕੌਨਸ਼ੀਅਸ ਹੁੰਨੇ ਹੋ ਤੁਸੀਂ ਚੀਜ਼ਾਂ ਵੱਲ ਨੂੰ ਧਿਆਨ ਦੇਣੇ ਹੋ ਤੁਸੀਂ ਸੋਚਦੇ ਹੋ ਬੰਦਾ ਸ਼ਰਾਬ ਕਿਉਂ ਪੀਂਦਾ ਉਸ ਬੰਦੇ ਨੂੰ ਸ਼ਰਾਬ ਪੀਣ ਪਿੱਛੇ ਕੀ ਮਿਲਦਾ ਕੀ ਆ ਸ਼ਰਾਬ ਪੀਏ ਮੰਨ ਕੇ ਚੱਲੋ ਜੀ ਸ਼ਰਾਬ ਦੇ ਐਗਜ਼ਾਮਪਲ ਲੈ ਲਓ ਹੈ ਤੇ ਆਪਾਂ ਆਪਾਂ ਫਿਰ ਇਨਟਰੋਸਪੈਕਟ ਕਰਾਂਗੇ ਕਿ ਹਾਂ ਅੱਛਾ ਡੋਪਾਮਿਨ ਹੁੰਦਾ ਕੋਈ ਚੀਜ਼ ਸਰੀਰ ਦੇ ਵਿੱਚ ਅੱਛਾ ਡੋਪਾਮਿਨ ਆਏ ਰੀਲீஸ் ਹੁੰਦੀ ਆ ਤੇ ਫਿਰ ਇਹ ਡੋਪਾਮਿਨ ਸ਼ਰਾਬ ਵੀ ਸ਼ਰਾਬ ਅਗਲੇ ਦਿਨ ਜ਼ਿਆਦਾ ਕਿਉਂ ਪੀ ਜਾਂਦਾ ਜਾਂ ਸ਼ਰਾਬੀ ਐਡਿਕਟ ਕਿਉਂ ਬਣ ਜਾਂਦੇ ਨੇ ਅੱਗੇ ਜਾ ਕੇ ਅੱਛਾ ਫਿਰ ਆਪਾਂ ਸਮਝਦੇ ਹਾਂ ਪੜ੍ਹਦੇ ਹਾਂ ਕਿ ਹਾਂ ਅੱਛਾ ਡੋਪਾਮਿਨ ਇੱਕ ਲੈਵਲ ਤੋਂ ਬਾਅਦ ਕੰਮ ਬੰਦ ਕਰਨ ਛੱਡ ਜਾਂਦੀ ਉਹ ਪੇਨ ਹੋਣ ਲੱ ਜਾਂਦਾ ਤੇ ਫਿਰ ਉਸ ਨੂੰ ਨੈਕਸਟ ਡੋਸ ਚਾਹੀਦੀ ਉਸ ਤੋਂ ਵੱਡੀ ਡੋਸ ਚਾਹੀਦੀ ਹੁਣ ਜਿਹੜੇ ਬੰਦੇ ਨੂੰ ਇਹ ਗੱਲਾਂ ਸਮਝ ਆ ਗਈਆਂ ਇੱਕ ਤਾਂ ਉਹਨੂੰ ਇਹ ਸਮਝ ਆ ਜਾਂਦੀ ਹੈ ਇਨਵੈਸਟੀਗੇਟ ਕਰਦਾ ਕਿ ਹਾਂ ਇਹ ਪ੍ਰੋਸੈਸ ਆ ਤਾਂ ਉਸ ਦੀ ਲਾਈਫ ਦੇ ਵਿੱਚ ਨਾ ਸ਼ੌਕਸ ਨਹੀਂ ਆਂਦੇ ਜੇ ਮੰਨ ਕੇ ਚੱਲੋ ਉਹਨੇ ਆਪਣੇ ਬੱਚੇ ਨੂੰ ਅੱਜ ਵੈਸੀ ਫਨ ਫਨ ਦੇ ਵਿੱਚ ਕਹਤਾ ਚੱਲ ਯਾਰ ਤੂੰ ਆ ਜਾ ਇੱਕ ਪੈਗ ਲਾ ਲਾ ਇੱਕ ਪੈਗ ਲਾ ਲਾ ਜਿਵੇਂ ਬੱਚਿਆਂ ਨੂੰ ਕਰਵਾ ਦਿੰਨੇ ਆ ਤੇ ਕੱਲ ਨੂੰ ਉਸੇ ਬੱਚਾ ਜਦੋਂ ਸ਼ਰਾਬੀ ਬਣ ਜਾਂਦਾ ਤੇ ਫੇਰ ਉਹ ਜਿਹੜੇ ਬੰਦੇ ਨੇ ਇਨਵੈਸਟੀਗੇਟ ਨਹੀਂ ਕੀਤਾ ਉਹ ਤਾਂ ਲੜਾਈ ਝਗੜਾ ਕਰੂ ਸਟ्रेस ਲੈ ਕੇ ਆਉ ਤੇ ਉਹਨੂੰ ਸਮਝ ਨਹੀਂ ਆਊ ਕਿ ਹੋ ਕੀ ਰਿਹਾ ਜਿਹੜਾ ਸਿਆਣਾ ਹੋਗਾ ਉਹਨੂੰ ਤਾਂ ਪਤਾ ਨਾ ਕਿ ਇਹ ਤਾਂ ਹੋਣਾ ਹੀ ਸੀਗਾ ਜੇ ਤੁਸੀਂ ਜਿਹੜਾ ਤੁਸੀਂ ਡਿਜ਼ਾਈਨ ਪਕੜਿਆ ਇਹ ਦਾ ਪਾਰਟ ਆਫ ਡਿਜ਼ਾਈਨ ਆ ਤਾਂ ਜਦੋਂ ਤੁਹਾਨੂੰ ਡਿਜ਼ਾਈਨ ਸਮਝ ਆ ਗਏ ਤਾਂ ਇੱਕ ਤਾਂ ਤੁਹਾਨੂੰ ਡਿਜ਼ਾਈਨ ਸਮਝਣ ਨਾਲ ਥੋੜਾ ਸਟ्रेस ਘਟ ਜਾਂਦਾ ਤੁਸੀਂ ਰੈਡੀ ਹੋ ਜਾਂਦੇ ਹੋ ਹੁਣ ਤੁਹਾਨੂੰ ਪਤਾ ਕਿ ਉਹ ਸ਼ਰਾਬੀ ਬਣੂਗਾ ਹੀ ਬਣੂਗਾ ਤਾਂ ਵੀ ਤੁਸੀਂ ਰੈਡੀ ਹੋ ਕਿਉਂਕਿ ਤੁਹਾਨੂੰ ਪਤਾ ਉਹ ਤਾਂ ਬਣ ਨਹੀਂ ਬਣਨਾ ਪ੍ਰੋਸੈਸ ਆ ਇਹ ਤੇ ਜਦੋਂ ਤੁਸੀਂ ਇਸ ਟਾਈਪ ਨਾਲ ਇਨਵੈਸਟੀਗੇਸ਼ਨਸ ਕਰਦੇ ਹੋ ਤਾਂ ਤੁਸੀਂ ਆਪਣੇ ਅੰਦਰ ਇੱਕ ਸਪੇਸ ਰੱਖਦੇ ਹੋ ਕਿ ਅਨਨੋਨ ਦਾ ਵੀ ਕਿ ਜਿੱਥੇ ਤੁਹਾਨੂੰ ਪਤਾ ਕਿ ਹਜੇ ਮੈਨੂੰ ਬਹੁਤ ਕੁਝ ਨਹੀਂ ਵੀ ਪਤਾ ਤਾ ਜਿਹੜੀ ਉਹ ਸਪੇਸ ਰੱਖਣੀ ਆ ਕਿ ਮੈਨੂੰ ਸਾਰਾ ਕੁਝ ਨਹੀਂ ਵੀ ਪਤਾ ਲੱਗਿਆ ਤਾਂ ਵੀ ਤੁਸੀਂ ਨਾ ਸ਼ੌਕ ਨਹੀਂ ਖਾਂਦੇ ਲਾਈਫ ਦੇ ਵਿੱਚ ਨਾ ਕਦੀ ਵੀ ਕੁਝ ਕ੍ਰਾਈਸਿਸ ਆਂਦੇ ਨੇ ਤੁਹਾਨੂੰ ਪਤਾ ਤੁਹਾਨੂੰ ਸਮਝ ਆਂਦਾ ਕਿ ਤੁਸੀਂ ਹੱਸਦੇ ਹੋ ਕਿ ਹਾਂ ਯਾਰ ਮੈਨੂੰ ਆ ਗੱਲਾਂ ਨਹੀਂ ਪਤਾ ਸੀਗੀਆਂ ਅਜ ਤੱਕ ਪਰ ਜਿਹੜੇ ਬੰਦੇ ਬਹੁਤ ਸ਼ੋਰ ਹੋ ਜਾਂਦੇ ਨੇ ਤੇ ਸ਼ੋਰਟੀ ਨਾ ਮੈਂ ਦੇਖ ਰਹੀ ਆ ਕਿ ਪੈਸੇ ਵਾਲੇ ਜਿਹੜੇ ਬੰਦੇ ਪੈਸੇ 'ਚ ਬਹੁਤ ਬਲੀਵ ਕਰਦੇ ਨੇ ਬਹੁਤ ਸ਼ੋਰ ਹੋ ਜਾਂਦੇ ਨੇ ਉਹਨਾਂ ਨੂੰ ਲੱਗਦਾ ਕਿ ਤਾਈਓ ਮੈਂ ਲੱਗਦਾ ਪੈਸੇ ਚ ਇੰਨਾ ਜ਼ਿਆਦਾ ਇਨਵੈਸਟ ਕਰ ਰਹੇ ਦਿੰਦੇ ਨੇ ਆਪਣਾ ਟਾਈਮ ਤੇ એનર્ਜੀ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਸਿਕਿਉਰ ਹੋ ਗਏ ਸੀ ਹਾਂ ਇੱਥੇ ਸੀ ਸਿਕਿਉਰ ਹੋ ਗਏ ਸਾਨੂੰ ਸਭ ਕੁਝ ਪਤਾ ਲੱਗ ਗਿਆ ਸੀ ਤਾਂ ਸਿਰਾ ਪਹੁੰਚ ਗਏ ਆ ਤੇ ਉੱਥੇ ਜਾ ਕੇ ਉਹ ਫਿਰ ਬਿਲਕੁਲ ਇਨਵੈਸਟੀਗੇਟ ਤੇ ਦੂਸਰੇ ਜਿੰਨੇ ਵੀ ਚੀਜ਼ਾਂ ਨੇ ਹੋਰ ਜਿਹੜੇ ਫੀਲਡਸ ਨੇ ਉੱਤੇ ਪ੍ਰੋਬਲਮ ਸੋਲਵਿੰਗ ਇਨਵੈਸਟੀਗੇਟ ਨਹੀਂ ਕਰਦੇ ਰਿਸਰਚ ਵਰਕ ਛੱਡ ਦਿੰਦੇ ਨੇ ਤੇ ਫਿਰ ਉੱਥੇ ਜਾ ਕੇ ਉਹ ਇੱਕ ਇਹ ਜੇ ਡੈੱਡ ਕਾਰਨਰ ਤੇ ਪਹੁੰਚ ਜਾਂਦੇ ਨੇ ਜਿੱਥੇ ਜਾ ਕੇ ਪੈਸਾ ਹੱਥ ਛੱਡ ਦਿੰਦਾ ਮਤਲਬ ਪ੍ਰੋਬਲਮਸ ਪੈਸਾ ਪ੍ਰੋਬਲਮ ਸੋਲਵ ਕਰਦਾ ਪਰ ਪੈਸਾ ਸਾਰੀ ਪ੍ਰੋਬਲਮ ਨਹੀਂ ਸੋਲਵ ਸੋਲਵ ਕਰ ਸਕਦਾ ਤੇ ਫਿਰ ਤੁਸੀਂ ਉਸ ਦੁਨੀਆ ਚ ਵੱਢ ਜਾਂਦੇ ਹੋ ਜਿੱਥੇ ਪੈਸਾ ਨਹੀਂ ਚੱਲਦਾ ਤੇ ਉੱਥੇ ਜਾ ਕੇ ਫੇਰ ਤੁਹਾਡਾ ਜਿਹੜਾ ਫਨ ਵਾਲਾ ਸੈਗਮੈਂਟ ਹੁੰਦਾ ਉੱਥੇ ਫਿਰ ਕਰਾਈਸਿਸ ਆ ਜਾਂਦੇ ਨੇ ਤੇ ਫੇਰ ਉੱਥੇ ਡਿਪਰੈਸ਼ਨ ਆ ਜਾਂਦਾ ਉੱਥੇ ਲਾਈਫ ਤੁਸੀਂ ਖਾਲੀ ਹੋ ਜਾਂਦੇ ਹੋ ਫੇਰ ਤੁਸੀਂ ਇਹ ਜੇ ਪੁਆਇੰਟ ਦੇ ਵਿੱਚ ਲੱਭਦੇ ਹੋ ਕਿਤੇ ਨਾ ਕਿਤੇ ਕੋਈ ਬਹੁਤ ਜ਼ਬਰਦਸਤ ਫਨ ਦਾ ਪੁਆਇੰਟ ਹਾਂ ਜੀ ਭਾਈ ਕਿਤੇ ਜਾਈਏ ਕਿਤੇ ਅਚਾਨਕ ਜਾ ਕੇ ਡੋਪਾਮਿਨ ਜਾ ਨਿਕਲ ਜਵੇ ਫੇਰ ਮੁੜ ਕੇ ਤਾਈਓ ਲੈ ਦੇ ਕੇ ਐਂਡ ਦੇ ਵਿੱਚ ਇਹੀ ਆਇਆ ਨਾ ਕਿ 5 ਡੇਜ਼ ਆ ਵਰਕ 2 ਡੇ ਆਫ ਫਨ ਤਾਂ ਦੋ ਦਿਨ ਹੀ ਫਨ ਆਏ ਨੇ ਨਾ ਪੰਜ ਦਿਨ ਦੇ ਤੱਪ ਦੇ ਮਗਰ ਉਹ ਇਹ ਮਾਡਲ ਨਹੀਂ ਦਿੱਤੇ ਨੇ ਆਪਣੇ ਐਸੇ ਮਾਡਲ ਨਹੀਂ ਦਿੱਤੇ ਨੇ ਜਿਹੜੇ ਮਾਡਲ ਆਪਾਂ ਅੱਜ ਦੀ ਡੇਟ 'ਚ ਫਾਲੋ ਕਰ ਰਹੇ ਆਂ ਤੇ ਮੈਂ ਤਾਂ ਇਹ ਕਹੂੰਗਾ ਨਾ ਕਿ ਇਹ ਦੋ ਚੀਜ਼ਾਂ ਤੋਂ ਬਾਹਰ ਮਤਲਬ ਕਿ ਬਿਯੋਂਡ ਵੀ ਸੋਚਣਾ ਚਾਹੀਦਾ ਇਹ ਦੋ ਚੀਜ਼ਾਂ ਤੋਂ ਹਾਂ ਤੇ ਇਹ ਜਿਹੜਾ ਤੂੰ ਉਹਦਾ ਓਸ਼ਦਾ ਐਗਜ਼ਾਮਪਲ ਦਿੱਤਾ ਹੈ ਆਪਣੇ ਗੁਰਬਾਣੀ 'ਚ ਵੀ ਤਾਂ ਹੈਗਾ ਨਾ ਆਨੰਦ ਪਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਤੇ ਉਹਦੇ 'ਚ ਵੀ ਅ ਗੁੱਡ ਮਾਰਨਿੰਗ ਨੇ ਵੀ ਆਨੰਦ ਦੀ ਗੱਲ ਕੀਤੀ ਹੈ ਤੇ ਆਨੰਦ ਜਿਹੜਾ ਹੁੰਦਾ ਹੈ ਇਹ ਜਿਹੜਾ ਫੰਟ ਹੁੰਦਾ ਹੈ ਇਹ ਬਹੁਤ ਵੱਖਰਾ ਐਲੀਮੈਂਟ ਹੁੰਦਾ ਹੈ ਇਹ ਇਟਸ ਸਟੇਟ ਆਫ ਮਾਈਂਡ ਜਦੋਂ ਤੁਸੀਂ ਬਹੁਤ ਰਿਲੈਕਸਡ ਹੁੰਦੇ ਹੋ ਬਹੁਤ ਐਕਸੈਪਟਿੰਗ ਹੁੰਦੇ ਹੋ ਬੇਸਿਕਲੀ ਹਨਾ ਤੇ ਉਹੀ ਮੈਂ ਦੇਖ ਰਹੀ ਸੀ ਹੁਣ ਤੁਹਾਡੇ ਉੱਥੇ ਹੋਲੀ ਆ ਰਹੀ ਹੈ ਹਨਾ ਮੇਰੇ ਨਾਲ ਦਾ ਕੱਲ ਪਰਸੋਂ ਸ਼ਾਇਦ ਹੋਲੀ ਹੈ ਇੱਥੇ ਇੰਡੀਆ 'ਚ ਤੇ ਮੇਰੇ ਜਿਹਨੇ ਵਟਸਐਪ ਗਰੁੱਪਸ ਦੇ ਨਾਲ ਆ ਜਿਹੜਾ ਮੇਰਾ ਸਕੂਲ ਵਾਲਾ WhatsApp ਗਰੁੱਪ ਵੀ ਹੈ ਤੇ ਜਿਹੜੇ ਦੂਜੇ WhatsApp ਗਰੁੱਪ ਵੀ ਨੇ ਸਾਰਿਆਂ 'ਚ ਹੋਣੇ ਸ਼ਾਰਿਆਂ 'ਚ ਗੱਲਾਂ ਹੋਣ ਲੱਗੀਆਂ ਉੱਥੇ ਮਤਲਬ ਹੋਲੀ ਤੇ ਇਨਵੀਟੇਸ਼ਨ ਇਸ ਬੋਤਲਾਂ ਦੀ ਫੋਟੋਆਂ ਖੇਚ-ਖੇਚ ਕੇ ਭੇਜ ਰਹੇ ਨੇ ਵੀ ਹੋਰ ਵੀ ਚੱਲ ਹੋਰ ਚੱਲੀ ਹੈ ਹੋਲੀ ਤੇ ਨਾਲ ਬੋਤਲ ਦੀ ਫੋਟੋ ਪਾਈ ਹੁੰਦੀ ਹੈ ਜੇ ਮੈਂ ਟ੍ਰੈਂਡ ਦੇਖਿਆ ਸਾਰੇ ਆਲਮੋਸਟ ਸਾਰੇ ਕਿੰਨੇ ਸਾਰੇ WhatsApp ਗਰੁੱਪ ਦੇ ਵਿੱਚ ਸੇਮ ਆ ਗਿਆ ਹੈ ਨਾ ਤੇ ਮੈਨੂੰ ਉਦੋਂ ਇਹ ਖਿਆਲ ਆਇਆ ਮੈਂ ਕਿਹਾ ਦੇਖੋ ਵੀ ਹੁਣ ਜਿਹੜਾ ਫੈਸਟੀਵਲ ਹੈ ਨਾ ਇਹ ਵੀ ਇੱਕ ਸਟ੍ਰੈਸ ਬਸਟਰ ਹੈ ਦਾ ਮਤਲਬ ਲੋਕ ਬੇਸਿਕਲੀ ਕੀ ਦੇਖ ਰਹੇ ਨੇ ਹੈ ਹੋਲੀ ਦੇ ਨਾਲ ਕੋਈ ਲੜਾ ਦਣਾ ਨਹੀਂ ਹੈ ਦੂਰ ਦੂਰ ਤੱਕ ਹੈ ਨਾ ਉਹ ਬੇਸਿਕਲੀ ਇੱਕ ਮੌਕਾ ਲੱਭ ਰਹੇ ਨੇ ਵੀ ਅਸੀਂ ਇਕੱਠੇ ਹੋਈਏ ਬੋਤਲਾਂ-ਬੋਤਲਾਂ ਖੋਲ੍ਹੀਏ ਅਸੀਂ ਹੈ ਨਾ ਥੋੜਾ ਫਨ ਕਰੀਏ ਇਹ ਕਰਕੇ ਉਹਨੂੰ ਲੁੱਕ ਫਾਰਵਰਡ ਕਰਨ ਲੱਗੇ ਲੋਕ ਵੀ ਹੋਲੀ ਨੂੰ ਇਸ ਤਰੀਕੇ ਨਾਲ ਦੇਖਣ ਲੱਗੇ ਅਮ ਉਹ ਤੋਂ ਮੈਨੂੰ ਯਾਦ ਆਇਆ ਕਿ ਆਪਾਂ ਨੂੰ ਇਹ ਇਹ ਵੀ ਥੋੜਾ ਇਹਦੇ ਬਾਰੇ ਗੱਲਬਾਤ ਕਰਨੀ ਚਾਹੀਦੀ ਹੈ ਕਿ ਆਪਾਂ ਅਲਟੀਮੇਟਲੀ ਲਾਈਫ 'ਚ ਚਾਹਨੇ ਕੀ ਆ ਤੇ ਆਪਾਂ ਫਨ ਦੇਖਦੇ ਆ ਜਾਂ ਫਿਰ ਜੋ ਸੀਰੀਅਸਲੀ ਲੋਕ ਚੰਦਨੇ ਲਾਈਫ ਦੇ ਵਿੱਚ ਬੇਸਿਕਲੀ ਹਨਾ ਤੇ ਪੈਸਾ ਕਮਾਣਾ ਚਾਹੁੰਦੇ ਨੇ ਤਾਂ ਸਾਰੇ ਉੱਥੇ ਬੜਾ ਧਿਆਨ ਨਾਲ ਸੁਣਦੇ ਨੇ ਉਹ ਗੱਲਾਂ ਤੇ ਜਿੱਥੇ ਫਨ ਦੀ ਗੱਲ ਆ ਜਾਂਦੀ ਹੈ ਕੋਈ ਇੰਜੋਏਮੈਂਟ ਕੋਈ ਪਾਰਟੀ ਕੋਈ दारू ਸ਼ਾਰੂ ਦੀ ਗੱਲ ਆ ਜਾਂਦੀ ਹੈ ਉੱਥੇ ਲੋਕ ਥੋੜਾ ਕੰਨ ਖੋਲ ਕੇ ਥੋੜਾ ਪਾਰਟਿਸਿਪੇਟ ਕਰਦੇ ਨੇ ਅੱਗੇ ਵੱਧ ਕੇ ਆਂਦੇ ਨੇ ਥੋੜਾ ਹਾਂ ਯਾ ਤੇ ਇਹਦੇ ਤੇ ਆਪਾਂ ਗੱਲਬਾਤ ਕਰਨਾ ਚਾਹ ਰਹੀ ਸੀਗੀ ਮੈਂ ਤੇ ਹੋਰ ਕੋਈ ਪੁਆਇੰਟ ਜਿਆਨ ਨੂੰ ਲੈ ਕੇ ਇਦੇ ਚ ਮੇਨਤਾ ਇਹ ਹੁੰਦਾ ਕਿ ਜਿਵੇਂ ਸੈਟਰਡੇ ਸੰਡੇ ਵਾਲਾ ਸੈਗਮੈਂਟ ਆ ਗਿਆ ਇੱਕ ਤੇ ਸੈਟਰਡੇ ਸੰਡੇ ਵੀ ਤੁਸੀਂ ਫੁੱਲ ਸੈਟਰਡੇ ਸੰਡੇ ਨਹੀਂ ਲਗਾ ਸਕਦੇ ਸੈਟਰਡੇ ਸੰਡੇ ਚ ਵੀ ਤੁਸੀਂ ਵੀਕ ਮਤਲਬ ਮੋਸਟਲੀ ਸੈਟਰਡੇ 90 ਫੇਮਸ ਹੋਈਆ ਹਾਂ ਸੈਟਰਡੇ ਨਾਈਟ 90 ਫੇਮਸ ਹੋਈਆ ਤੇ ਦੂਸਰੇ ਪਾਸੇ ਜੇ ਤੁਸੀਂ ਤਿਹਾਰਾਂ ਨੂੰ ਲਗਾਵੋਗੇ ਤਾਂ ਮੈਕਸਿਮਮ ਮੰਥ ਚ ਇੱਕ ਤਿਹਾਰ ਹੋਊਗਾ ਤੇ ਤੇ ਇਹ ਆਪਣੇ ਆਪ ਚ ਇੱਕ ਦਰਸ਼ਾਉਂਦਾ ਕਿ ਅ ਅਸੀਂ ਕਿੰਨਾ ਘੱਟ ਆਨੰਦ ਚ ਜਿਉਂਦੇ ਆ ਇੱਕ ਤਰੀਕੇ ਨਾਲ ਕਿਉਂਕਿ ਨਾ ਸਮਾਜ ਦੇ ਵਿੱਚ ਇੱਕ ਦੇਖਦੇ ਆ ਕਿ ਲੋਕਾਂ ਨੂੰ ਨਾ ਲੋਕਾਂ ਨੂੰ ਐਕਚੁਅਲੀ ਉਹ ਪੁਆਇੰਟ ਪਤਾ ਹੀ ਨਹੀਂ ਮੈਨੂੰ ਤਾਂ ਐਂ ਲੱਗਦਾ ਕਿ ਦੱਸਣਾ ਹੀ ਬੜਾ ਔਖਾ ਏ ਚੀਜ਼ ਨੂੰ ਕਿ ਆਨੰਦ ਦੀ ਵਿਵਸਥਾ ਹੁੰਦੀ ਕੀ ਆ ਕਿਉਂਕਿ ਉਹ ਉਹਨਾਂ ਦੇ ਨਾ ਜੋ ਡਿਜ਼ਾਈਨਸ ਨੇ ਕਿਉਂਕਿ ਉਹ ਸਟਾਰਟਿੰਗ ਤੋਂ ਹੀ ਉਹਨਾਂ ਦਾ ਡਿਜ਼ਾਈਨ ਹੀ ਉਸ ਟਾਈਪ ਨਾਲ ਹੁੰਦਾ ਕਿ ਉਹ ਆਨੰਦਕ ਆਨੰਦ ਨੂੰ ਮਾਨ ਸਕਣ ਤੇ ਉਹ ਇੱਕ ਉਹ ਇਹ ਫਿਰ ਉਹੀ ਜ਼ਿਗਜ਼ੈਗ ਟਾਈਪ ਜਿਵੇਂ ਆਪਾਂ ਕਹਿੰਦੇ ਨੇ ਗ੍ਰਾਫਸ ਬਣਦੇ ਨੇ ਡਿੱਪ ਮਾਰਦਾ ਉੱਪਰ ਆਉਂਦਾ ਜਿਵੇਂ ਇنسولਿਨ ਸਪਾਈਕ ਕਹਿੰਦੇ ਹੁੰਦੇ ਨੇ ਉਹੀ ਕਨਸੈਪਟ ਆ ਕਿ ਮਿੱਠਾ ਖਾ ਲਿਆ ਇنسولਿਨ ਉੱਪਰ ਨੂੰ ਚਲੇਗੀ ਫਿਰ ਉਸ ਤੋਂ ਬਾਅਦ ਥੱਲੇ ਨੂੰ ਡਿੰਗ ਪਈ ਥੱਲੇ ਨੂੰ ਆ ਕੇ ਫਿਰ ਉਹ ਮਾਈਨਸ 'ਚ ਚਲੇ ਜਾਂਦੀ ਆ ਫਿਰ ਉਹ ਖੋ ਪੈਂਦੀ ਆ ਫਿਰ ਪੇਨ ਹੁੰਦਾ ਪੇਨ ਤੋਂ ਬਾਅਦ ਫਿਰ ਉਹ ਸਟੇਬਿਲਟੀ ਨਹੀਂ ਆਂਦੀ ਤੇ ਕੀਤਾ ਜਾ ਸਕਦਾ ਪਰ ਪਤਾ ਨਹੀਂ ਹੁਣ ਲੋਕਾਂ ਨੂੰ ਸਮਝ ਆਂਦਾ ਕਿ ਨਹੀਂ ਆਂਦਾ ਪਰ ਮੈਨੂੰ ਇਹ ਲੱਗਦਾ ਕਿ ਇਹਦਾ ਬੈਸਟ ਤਰੀਕਾ ਇਹੀ ਆ ਕਿ ਜੇ ਤੁਸੀਂ ਜਿੱਥੋਂ ਤੁਹਾਨੂੰ ਆਨੰਦ ਮਿਲਦਾ ਜ਼ਿਆਦਾ ਤੁਸੀਂ ਬਹੁਤ ਉੱਤੇ ਜਾਂਦੇ ਹੋ ਜਦੋਂ ਬਹੁਤ ਹਾਈ ਫੀਲ ਕਰ ਰਹੇ ਹੋ ਤੁਸੀਂ ਇਹਦੇ ਵਿੱਚ ਆਨੰਦ ਚ ਨਹੀਂ ਫਨ ਚ ਹੈਨਾ ਉੱਥੇ ਤੁਸੀਂ ਜਾ ਕੇ ਨਾ ਥੋੜਾ ਕੁਐਸਚਨ ਕਰੋ ਆਪਣੇ ਆਪ ਨੂੰ ਦੇਖੋ ਕੌਨਸ਼ੀਅਸ ਹੋ ਜਾਓ ਤੇ ਤੁਸੀਂ ਦੇਖੋ ਕਿ ਕੀ ਮੈਂ ਕਿਵੇਂ ਬਿਹੇਵ ਕਰ ਰਿਹਾ ਹਾਂ ਉਸ ਟਾਈਮ ਜਦੋਂ ਤੁਸੀਂ ਉਸ ਸਿਚੁਏਸ਼ਨਸ ਚ ਹੁੰਨੇ ਹੋ ਤੇ ਉਹ ਉੱਥੇ ਕੌਨਸ਼ੀਅਸ ਹੋਣਾ ਮੈਨੂੰ ਲੱਗਦਾ ਬਹੁਤ ਜ਼ਰੂਰੀ ਆ ਜਦੋਂ ਤੁਸੀਂ ਇਸ ਟਾਈਪ ਨਾਲ ਹੋ ਨਾ ਤੇ ਉੱਥੇ ਥੋੜਾ ਪੇਨ ਲੈਣਾ ਪੈਂਦਾ ਕਿ ਨਹੀਂ ਮਤਲਬ ਤੁਸੀਂ ਉਸ ਨੂੰ ਆਰਟੀਫੀਸ਼ੀਅਲੀ ਤੁਸੀਂ ਥੋੜਾ ਜਿਹਾ ਪੇਨ ਲਵੋਗੇ ਤੁਸੀਂ ਆਪਣੇ ਆਪ ਨੂੰ ਕੰਟਰੋਲ ਚ ਰੱਖੋਗੇ ਕਿ ਨਹੀਂ ਤੇ ਮੈਨੂੰ ਲੱਗਦਾ ਇਹੀ ਜਿਹੜੀ ਚੀਜ਼ ਹੈਗੀ ਇਹੀ ਤੁਹਾਨੂੰ ਸਟੇਬਿਲਟੀ ਵੱਲ ਲੈ ਕੇ ਜਾਂਦੀ ਆ ਤੇ ਜਦੋਂ ਤੁਸੀਂ ਹਾਈ ਦੇ ਉੱਤੇ ਕੰਟਰੋਲ ਚ ਹੁੰਨੇ ਹੋ ਤਾਂ ਤੁਸੀਂ ਲੋਚ ਆਪਣੇ ਆਪ ਕੰਟਰੋਲ ਬਣਨ ਲੱਗ ਜੂਗਾ ਥੋੜਾ ਆਪਣਾ ਜਿਹੜਾ ਲੋ ਦਾ ਕੰਟਰੋਲ ਆ ਉਹ ਵੀ ਆਪਣੇ ਆਪ ਆ ਜਾਊਗਾ ਕਿਉਂਕਿ ਹਾਈ ਦੇ ਤੁਸੀਂ ਜਿੰਨਾ ਹਾਈ ਜਾਮੋਗੇ ਉਹਨਾਂ ਮੰਨ ਕੇ ਚੱਲੋ ਕਿ ਉਹਨਾਂ ਡਾਊਨ ਵੀ ਜਾਮੋਗੇ ਉਹਨਾਂ ਡਿਪ ਵੀ ਕਰੋਗੇ ਇਹ ਮਤਲਬ ਕਦੀ ਵੀ ਬੋਡੀ ਪਿਓਰ ਇਹਦੇ ਵਿੱਚ ਨਹੀਂ ਚੱਲਦੀ ਹੁੰਦੀ ਡੋਪਾਮਿਨ ਰੀਲੀਜ਼ ਆਉਣ ਨਾਲ ਪੈਂਡਲਮ ਵਰਗੀ ਗੱਲ ਚੀਜ਼ ਹੁੰਦੀ ਹੈ ਨਾ ਵੀ ਜਿੰਨਾ ਤੁਸੀਂ ਜਿੰਨਾ ਤੁਸੀਂ ਪੇਨ ਚ ਹੁੰਨੇ ਹੋ ਫਿਰ ਉਹਨਾਂ ਹੀ ਤੁਸੀਂ ਫਨ ਵੱਲ ਭੱਜਦੇ ਹੋ ਜੇ ਜਦ ਤੁਹਾਡਾ ਫਨ ਖਤਮ ਹੁੰਦਾ ਤੁਹਾਡੀ ਪੇਨ ਵੀ ਖਤਮ ਹੁੰਦੀ ਹੈ ਤੁਸੀਂ ਇੱਕ ਸਟੇਬਲ ਜੇ ਮਾਈਂਡਸੈਟ ਦੇ ਵਿੱਚ ਆ ਜਾਂਦੇ ਹੋ ਫਿਰ ਜਿੱਥੇ ਤੁਹਾਨੂੰ ਕਿਸੇ ਵੀ ਸਟਿਮੂਲੈਂਟ ਦੀ ਲੋੜ ਨਹੀਂ ਡੂਗੀ ਕਿਸੇ ਵੀ ਤੁਹਾਨੂੰ ਆਊਟ ਆਫ ਵੇ ਜਾ ਕੇ ਆਪਣੇ ਆਪ ਨੂੰ ਇੱਕ ਫਨ ਕ੍ਰੀਏਟ ਕਰਨ ਦੀ ਲੋੜ ਨਹੀਂ ਪੈਂਦੀ ਹੈਗੀ ਫਿਰ ਸਟੇਟ ਆਫ ਬੀ ਇਥੇ ਇਥੇ ਵੀਰ ਸਮਾਜ ਕਹਿ ਦਿੰਦਾ ਨਾ ਪੱਥਰ ਪੱਥਰ ਇਹ ਪੱਥਰ ਜੇ ਬਣ ਗਏ ਇਹ ਉਹ ਸਿਚੁਏਸ਼ਨ ਮੋਕਸ਼ ਕਹਿੰਦੇ ਨੇ ਵੀ ਤੁਸੀਂ ਮੋਕਸ਼ ਪਾ ਰਹੇ ਆ ਬੀਸਿਕਲੀ ਮੋਕਸ਼ ਵੀ ਇਹਨੂੰ ਹੀ ਕਿਹਾ ਹੋਏਗਾ ਆਬਵੀਅਸਲੀ ਜਿੱਥੇ ਨਾ ਤੁਸੀਂ ਪੇਨ ਫੀਲ ਕਰਦੇ ਹੋ ਨਾ ਤੁਸੀਂ ਬਹੁਤ ਜ਼ਿਆਦਾ ਹੈਪੀਨੈਸ ਫੀਲ ਕਰਦੇ ਹੋ ਵੀ ਤੁਸੀਂ ਇੱਕ ਵਧੀਆ ਸਟੇਟ ਦੇ ਵਿੱਚ ਜੀ ਜੰਨੇ ਹੋ ਪਰ ওভারঅল ਇਹ ਸਮਾਜ ਨੂੰ ওভারঅল ਇਹ ਪਸੰਦ ਨਹੀਂ ਹੈਗਾ ਇਹ ਮੈਂ ਇਹ ਦੱਸਾਂ ਕਿ ਜਿਹੜਾ ਜਰਨਲ ਸਮਾਜ ਆ ਉਸ ਨੂੰ ਇਸ ਟਾਈਪ ਦੀ ਲਾਈਫ ਜਾਂ ਇਸ ਟਾਈਪ ਦੀ ਬੋਰਿੰਗ ਲੱਗਦੀ ਹੈ ਬੋਰਿੰਗ ਲੱਗਦੀ ਹੈ ਉਹਨਾਂ ਨੂੰ ਬੋਰ ਬੋਰਿੰਗ ਲੱਗਦੀ ਆ ਤੇ ਉਹਨਾਂ ਨੂੰ ਹਾਈ ਚਾਹੀਦੇ ਨੇ ਤੇ ਇਸੇ ਕਰਕੇ ਅਸੀਂ ਸਿਟੀ ਵੱਲ ਮੂਵ ਹੋ ਰਿਹਾ ਕਿਉਂਕਿ ਸਿਟੀ ਇਸ ਦਾ ਗਾੜਾ ਜੇ ਨਾ ਸਿਰ ਸ਼ੈਅਰ ਹੁੰਦਾ ਸ਼ੈਰੀਕਰਨ ਹੁੰਦਾ ਉਹ ਇਹਦਾ ਗੜਾ ਕਿਉਂਕਿ ਉੱਥੇ ਹਰ ਟਾਈਪ ਦੇ ਲੋਕ ਇਕੱਠੇ ਹੋ ਰਹੇ ਨੇ ਹੁਣ ਤੁਸੀਂ ਤਾਂ ਹਰ ਹਰ ਕਦੀ ਕਿਸੇ ਦਾ ਫਾਨਾ ਜਿਵੇਂ ਕਹਿੰਦਾ ਨਾ ਅਮਲੀ ਨੂੰ ਅਮਲੀ ਬਲ ਖਾ ਕੇ ਟੱਕਰ ਦਾ ਤੇ ਤੇ ਫਨ ਕਰਨ ਦੇ ਜ਼ਿਆਦਾ ਮੌਕੇ ਮਿਲਦੇ ਨੇ ਕੋਈ ਪਾਰਟੀ ਚੱਲ ਰਹੀ ਆ ਕਿਸੇ ਦਾ ਵਿਆਹ ਕਿਸੇ ਦਾ ਬਰਥਡੇ ਆ ਜਿੱਡਾ ਵੱਡਾ ਸਮਾਜ ਹੋਊਗਾ ਉੱਥੇ ਕੋਈ ਨਾ ਕੋਈ ਤੁਹਾਨੂੰ ਮੌਕੇ ਜ਼ਿਆਦਾ ਮਿਲਣਗੇ ਡਿਫਰੈਂਟ ਡਿਫਰੈਂਟ ਟਾਈਪ ਦੀਆਂ ਧਾਰੂਆਂ ਆਣ ਗਿਆ ਹਰ ਟਾਈਪ ਦੇ ਫਨ ਆਣਗੇ ਡਿਫਰੈਂਟ ਡਿਫਰੈਂਟ ਟਾਈਪ ਦੀ ਡਰੱਗਸ ਆਣ ਗਿਆ ਤਾਂ ਤਾਂ ਆਪਾਂ ਸਲੋਲੀ 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 ਸਿਟੀ ਵੱਲ ਨੂੰ ਜਿੱਧਰ ਸਟੀਮੂਲੈਂਟਸ ਤੇ ਚੱਲਦਾ ਸਾਰਾ ਕੁਝ ਸ਼ਾਪਿੰਗ ਕਰਨਾ ਹਰ ਇੱਕ ਚੀਜ਼ ਇਹਦੇ ਨਾਲ ਰਿਲੇਸ਼ਨ ਚ ਜਿੱਥੇ ਤੁਹਾਨੂੰ ਫਨ ਆਊਗਾ ਲਾਈਫ ਦੇ ਵਿੱਚ ਤੇ ਆਪਾਂ ਉਧਰ ਨੂੰ ਮੂਵ ਕਰੀ ਜਾਂਦੇ ਆ ਮੂਵ ਕਰੀ ਜਾਂਦੇ ਆ ਮੈਂ ਤਾਂ ਸਹੀ ਕੀ ਕਹਿੰਨੀ ਹੁਣ ਇਹਦਾ ਸਭ ਤੋਂ ਸਭ ਤੋਂ ਦੇਖੋ ਮੈਨੂੰ ਨਾ ਇਹ ਚੀਜ਼ ਹਮੇਸ਼ਾ ਲੱਗਦੀ ਹੁੰਦੀ ਹੈ ਕਿ ਆਪਣਾ ਤਿੰਨਾਂ ਦਾ ਜੋ ਬਚਪਨ ਰਿਹਾ ਨਾ ਉਹ ਬੜਾ ਬੋਰਿੰਗ ਰਿਹਾ ਹੈ ਹਨਾ ਕਿਉਂਕਿ ਆਪਣੇ ਫਾਦਰ ਦੀ ਡੈਥ ਥੋੜੀ ਜਲਦੀ ਹੋ ਗਈ ਸੀਗੀ ਤੇ ਆਪਣੇ ਫਾਦਰ ਵੈਸੇ ਆਪਾਂ ਨੂੰ ਕਿਤੇ ਬਹੁਤ ਜ਼ਿਆਦਾ ਫਨ ਤੇ ਲੈ ਕੇ ਵੀ ਨਹੀਂ ਜਾਂਦੇ ਹੁੰਦੇ ਸੀ ਬਾਹਰ ਬੜੀ ਸਿੰਪਲ ਜੀ ਲਾਈਫ ਕੱਟੀ ਆਪਾਂ ਤੇ ਜਲਦੀ ਡੈਥ ਹੋਣ ਕਰਕੇ ਬਿਲਕੁਲ ਹੀ ਆਪਾਂ ਬਹੁਤ ਹੀ ਨਾਰਮਲ ਜੀ ਲਾਈਫ ਕੱਟੀ ਹੈ ਆਪਾਂ ਕਦੇ ਵੀ ਕੋਈ ਪਾਰਟੀਆਂ ਪੂਟੀਆਂ ਚ ਨਹੀਂ ਗਏ ਜਾਂ ਬਾਹਰ ਨਹੀਂ ਗਏ ਕਿਤੇ ਇੰਜੋਇਮੈਂਟ ਨਹੀਂ ਕਰਨ ਗਏ ਕਿਤੇ ਟਰੈਵਲ ਨਹੀਂ ਕੀਤਾ ਬਹੁਤ ਜ਼ਿਆਦਾ ਬਚਪਨ ਚ ਨਾ ਤੇ ਉਹਦੇ ਕਰਕੇ ਵੀ ਨਾ ਆਪਾਂ ਨੂੰ ਬੋਰਿਅਤ ਜਿਹਨੂੰ ਕਹਿੰਨੇ ਨਾ ਉਹ ਛੇਲ ਨਹੀਂ ਆ ਗਈ ਬੇਸਿਕਲੀ ਆਪਾਂ ਨੂੰ ਉਹ ਲਾਈਫ 'ਚ ਵੀ ਆਪਾਂ ਖੁਸ਼ ਰਹਿਣ ਲੱਗੇ ਬੋਰਿਅਤ ਵਾਲੀ ਲਾਈਫ 'ਚ ਵੀ ਆਪਾਂ ਖੁਸ਼ ਰਹਿਣ ਲੱਗੇ ਹੈ ਨਾ ਤਾਂ ਉਹਦਾ ਉਹਦੇ ਕਰਕੇ ਅੱਜ ਦੀ ਡੇਟ ਦੇ ਵਿੱਚ ਬਹੁਤ ਜ਼ਿਆਦਾ ਉਹ ਆਊਟਵਰਡ ਨਹੀਂ ਹੈਗੇ ਵੀ ਅਸੀਂ ਦੇਖਣਾ ਹੀ ਦੇਖਣਾ ਹੈ ਅਸੀਂ ਪਾਰਟੀਆਂ 'ਚ ਜਾਣਾ ਹੀ ਜਾਣਾ ਹੈ ਫਨ ਕਰਨਾ ਹੀ ਕਰਨਾ ਵਾਲੀ ਗੱਲ ਹੈ ਇਹ ਇਹ ਮੇਰੇ ਨਾ ਸਬਕੌਨਸ਼ੀਅਸਲੀ ਮੈਂ ਲਰਨ ਕੀਤਾ ਹੋਇਆ ਸੀ ਲੈਸਨ ਇਹ ਵੀ ਕਿ ਬੱਚਿਆਂ ਨੂੰ ਨਾ ਤੁਸੀਂ ਜ਼ਰੂਰ ਬੋਰਿੰਗ ਲਾਈਫ ਦੋ ਏਟਲੀਸਟ ਕਿਉਂਕਿ ਬੱਚੇ ਜਦ ਤੱਕ ਟੀਨੇਜ ਆਂਦੇ ਨੇ ਨਾ teen age ਆਉਣ ਤੋਂ ਪਹਿਲਾਂ ਪਹਿਲਾਂ ਤਾਂ ਤੁਹਾਡੇ ਕੰਟਰੋਲ 'ਚ ਹੀ ਹੁੰਦੇ ਨੇ ਨਾ ਤੁਸੀਂ ਘਰ ਦਾ ਮਾਹੌਲ ਜਿਹਾ ਜਿਹਾ ਬਣਾਓਗੇ ਉਹਦੇ 'ਚ ਰਹਿਣਾ ਹੀ ਪਊਗਾ ਬੱਚਿਆਂ ਨੂੰ ਤੇ ਐਟਲੀਸਟ ਉਹ ਜਿਹੜੇ 12 13 ਸਾਲ ਆਫ ਤੁਹਾਡੀ ਇਨੀਸ਼ੀਅਲ ਲਾਈਫ ਹੁੰਦੇ ਨੇ ਨਾ ਤੁਹਾਡੇ ਬੱਚਿਆਂ ਦੇ ਉਹਨਾਂ ਨੂੰ ਬਹੁਤ ਬੋਰਿਅਤ 'ਚ ਰੱਖੋ ਮੈਂ ਤਾਂ ਇਹ ਕਹਿੰਨੀ ਆ ਉਹਨਾਂ ਨੂੰ ਨਾ ਬੋਰਿਅਤ ਨੂੰ ਝੇਲਣਾ ਆ ਜਾਂਦਾ ਹੈ ਜਦੋਂ ਜਦੋਂ ਤੁਹਾਨੂੰ ਬੋਰਿਅਤ ਨੂੰ ਝੇਲਣਾ ਆ ਗਿਆ ਨਾ ਤੁਹ ਤੁਹਾਡੀ ਇੰਜੋਏਮੈਂਟ ਤੇ ਆਨੰਦ ਆਪਣੇ ਆਪ ਤੁਹਾਨੂੰ ਆਉਣ ਲੱਗ ਜਾਂਦਾ ਹੈ ਜਦ ਤੁਹਾਡੇ ਲਾਈਫ ਚ ਹਮੇਸ਼ਾ ਹੀ ਬਚਪਨ ਤੋਂ ਹੀ ਸਟੀਮੂਲੈਂਟਸ ਆਉਂਦੇ ਜਾਣ ਜਿਹੜੇ ਪੇਰੈਂਟਸ ਬਹੁਤ ਪਾਰਟੀਆਂ ਤੇ ਜਾਂਦੇ ਨੇ ਜਾਂ ਬਹੁਤ ਬਾ ਸ਼ਾਪਿੰਗ ਕਰਦੇ ਨੇ ਜਾਂ ਬਹੁਤ ਬਾਹਰ ਖਾਂਦੇ ਨੇ ਉਹ ਆਪਣੇ ਬੱਚਿਆਂ ਨੂੰ ਇੱਕ ਆਦਤਾਂ ਦੇ ਦਿੰਦੇ ਨੇ 언ਕੌਨਸ਼ੀਅਸਲੀ ਕਿ ਉਹਨਾਂ ਉਹ ਬੱਚੇ ਉਹਦੇ ਤੇ ਲਿਵ ਕਰਨਾ ਸ਼ੁਰੂ ਕਰ ਦਿੰਦੇ ਉਹਨਾਂ ਨੂੰ ਲੱਗਦਾ ਕਿ ਉਹੀ ਚੀਜ਼ ਫਨ ਹੈ ਕਰਲੀ ਡੈਫੀਨੇਸ਼ਨ ਆਫ ਫਨ ਪਤਾ ਲੱਗ ਜਾਂਦੀ ਹੈ ਉਹਨਾਂ ਨੂੰ ਤੇ ਇਹ ਇੱਕ ਚੀਜ਼ ਹੈ ਕਿ ਆਪਾਂ ਕੰਟਰੋਲ ਕਰ ਸਕਦੇ ਹਾਂ ਕਿ ਤੁਸੀਂ ਆਪਣੇ ਬੱਚਿਆਂ ਨੂੰ ਨਾ ਜਿੰਨੇ ਹੋ ਸਕੇ ਆਪਦੀ ਲਾਈਫ ਜੇ ਸਿੰਪਲ ਜਿਓਗੇ ਤਾਂ ਆਬਵੀਅਸਲੀ ਤੁਹਾਡੇ ਬੱਚੇ ਥੋੜੇ ਨਹੀਂ ਤੁਸੀਂ ਬੋਰਿੰਗ ਵਰਡ ਉਹਨੂੰ ਉਹਨੂੰ ਆਪਾਂ ਵਰਡ ਬੋਰਿੰਗ ਨਾ ਯੂਜ਼ ਕਰੀਏ ਸਟੇਬਿਲਟੀ ਵੱਲ ਲੈ ਕੇ ਜਾਈਏ ਕਿ ਉਹ ਹਾਈ ਤੇ ਜਿਹੜਾ ਹਾਈ ਤੇ ਡਾਊਨ ਆਂਦਾ ਜਿਵੇਂ ਆਪਾਂ ਕਹਿੰਦੇ ਆ ਕਿ ਟੂ ਹਾਈ ਤੇ ਟੂ ਡਾਊਨ ਵਾਲਾ ਜਿਹੜਾ ਪੈਟਰਨ ਆ ਉਹ ਡੇਂਜਰਸ ਪੈਟਰਨ ਆ ਕਿਉਂਕਿ ਜਦੋਂ ਬਹੁਤ ਡਾਊਨ ਆਂਦਾ ਤਾਂ ਡਾਊਨ ਦਾ ਤੁਹਾਨੂੰ ਨਹੀਂ ਪਤਾ ਕਿ ਤੁਸੀਂ ਕੀ ਐਕਸ਼ਨਸ ਕਰ ਸਕਦੇ ਹੋ ਤੁਸੀਂ ਕਿੰਨਾ ਡਾਊਨ ਜਾ ਸਕਦੇ ਹੋ ਤੁਹਾਨੂੰ ਕੁਝ ਨਹੀਂ ਸਮਝ ਜਿਹੜਾ ਡਾਊਨ ਵਾਲਾ ਜਿੰਨਾ ਹਾਈ ਜਾਵੋਗੇ ਉਹਨਾਂ ਡਾਊਨ ਆਉਂਗੇ ਆਉਂਗੇ ਤਾ ਅਸੀਂ ਜਿਹੜਾ ਅਪ ਹਾਈ ਤੇ ਡਾਊਨ ਵਾਲੇ ਪੈਟਰਨਸ ਨੂੰ ਤੋੜੀਏ ਬੱਚਿਆਂ ਦੇ ਤੇ ਇੱਕ ਸਟੇਬਿਲਟੀ ਵਾਲਾ ਪੈਟਰਨ ਲੈ ਗਈ ਇਹਦੇ ਚ ਮਰੀਮ ਲੈਂਸਵੁੱਡ ਦਾ ਬਹੁਤ ਸੋਹਣਾ ਜਿਹੜੇ ਊਮਨ ਇਨ ਵਾਈਲਡ ਦੀ ਬੁੱਕ ਦੇ ਵਿੱਚ ਸੀਗਾ ਉਹਨੇ ਜਦੋਂ ਦੱਸਿਆ ਕਿ ਮੈਂ ਪੀਟਰ ਨੂੰ ਮਿਲੀ ਤੇ ਪੀਟਰ ਉਹਦਾ ਹਸਬੈਂਡ ਆ ਉਰੇ ਹਿਮਾਲਿਆ ਵਿੱਚ ਮਿਲੀ ਸੀ ਉਹਨੂੰ ਤਾਂ ਕਾਫੀ ਏਜਡ ਸੀ ਪੀਟਰ ਤੇ ਇਹ ਛੋਟੀ ਸੀਗੀ ਤੇ ਉਦੋਂ ਪੀਟਰ ਨੂੰ ਕਹਿੰਦੀ ਕਿ ਮੈਂ ਤਾਂ ਪਹਾੜ ਚੜੂਗੀ ਤੇਰੇ ਨਾਲ हां पीटर ਕਹਿੰਦਾ ਹਾਂ ਮੈਂ ਤਾਂ ਪਿਛਲੇ ਕਿੰਨੇ ਸਾਲਾਂ ਤੋਂ 20-15 20 ਸਾਲਾਂ ਤੋਂ ਪਹਾੜਾਂ ਦੀ ਤੁਰਿਆ ਫਿਰਦਾ ਉਹਨੂੰ ਬੜਾ ਕਰੇਜ਼ ਸੀਗਾ ਕੁੜੀ ਨੂੰ ਕਿ ਹਾਂ ਮੈਂ ਵੀ ਹਾਈਕਿੰਗ ਕਰੂੰਗੀ ਮੈਂ ਵੀ ਪਹਾੜ ਚੜੂੰਗੀ ਤੇ ਉਹ ਪਹਿਲੇ ਦਿਨ ਜਦੋਂ ਉਹਦੇ ਨਾਲ ਰਹਿਣ ਲੱਗੀ ਪੀਟਰ ਦੇ ਨਾਲ ਤਾਂ ਉਹ ਕਹਿੰਦੀ ਚੱਲ ਉਹ ਕਹਿੰਦਾ ਕਿੱਥੇ ਜਾਣਾ ਕਹਿੰਦੇ ਨਹੀਂ ਆਪਾਂ ਅਗਲੀ ਪਹਾੜੀ ਤੇ ਚੱਲਦੇ ਆ ਉਹ ਕਹਿੰਦੀ ਕਿਉਂ ਅਗਲੀ ਪਹਾੜੀ ਤੇ ਕਿਉਂ ਜਾਣਾ ਆਰਾਮ ਨਾਲ ਬੈਠ ਕਹਿੰਦੀ ਨਹੀਂ ਉਹ ਕਹਿੰਦੀ ਜਮ ਬੈਠ ਗਈ ਫਿਰ ਕਹਿੰਦੀ ਮੈਂ ਘੰਟੇ ਬਾਅਦ ਫੇਰ ਪੁੱਛਣ ਲੱਗੀ ਨਹੀਂ ਹੁਣ ਤਾਂ ਆਪਾਂ ਚੱਲੀਏ ਹੁਣ ਆਪਾਂ ਕੁਝ ਕਰੀਏ ਉਹ ਕਹਿੰਦਾ ਕੀ ਕਰਨਾ ਉਹ ਕਹਿੰਦਾ ਉਹ ਕਹਿੰਦੀ ਮੈਨੂੰ ਇੰਨਾ ਔਖਾ ਲੱਗਿਆ ਕਿ ਤੂੰ ਕੁਝ ਕਰਨਾ ਨਹੀਂ ਆਪਾਂ ਹੁਣ ਕਿਤੇ ਜਾਣਾ ਨਹੀਂ ਆਪਾਂ ਕੋਈ ਅਚੀਵ ਨਹੀਂ ਕਰਨਾ ਪਉ ਪਹਾੜੀ ਤੇ ਨਹੀਂ ਚੜਨਾ ਆਪਾਂ ਕੁਝ ਕਰਨਾ ਨਹੀਂ ਉਹ ਕਹਿੰਦਾ ਨਾ ਨਾ ਕੁਝ ਨਹੀਂ ਕਰਨਾ ਬਸ ਆਨੰਦ ਮਾਣ ਤੂੰ ਬੈਠ ਕੇ ਤਾਂ ਕਹਿੰਦੀ ਕਿ ਮੈਂ ਬੈਠ ਕੇ ਨਾ ਬਹੁਤ ਔਖਾ ਇੱਕ ਦਿਨ ਕੱਟਿਆ ਮੈਨੂੰ ਸੀ ਚੱਲ ਅਗਲੇ ਦਿਨ ਹੋਊਗਾ ਅਗਲੇ ਦਿਨ ਵੀ ਕਹਿੰਦੇ ਉਹਦੇ ਆਹੀ ਹਾਲ ਉਹ ਤਾਂ ਕਹਿੰਦਾ ਨਾ ਆਪ ਆਮ ਨਾਲ ਬੈਠਣਾ ਕੁਛ ਨਹੀਂ ਕਰਨਾ ਆਮ ਨਾਲ ਬਹਿਣਾ ਔਰੇ ਕੁਛ ਨਹੀਂ ਤੂੰ ਦੇਖ ਬਸ ਔਰੇ ਬੈਠ ਕੇ ਦੇਖੀ ਚੱਲ ਤੇ ਉਹ ਕਹਿੰਦੀ ਕਿ ਮੈਂ 2-3 ਦਿਨਾਂ ਦੇ ਵਿੱਚ ਵਿੱਚ ਮੇਰੇ ਬਹੁਤ ਜ਼ਬਰਦਸਤ ਪੇਨ ਹੋਏ ਅੰਦਰ ਤੇ ਮੈਂ ਮੈਂ ਬਹੁਤ ਖਿਜੀ ਆਪਣੇ ਦਿਮਾਗ ਨਾਲ ਪਰ ਕਹਿੰਦੀ ਮੈਂ ਉਹ ਲੜਾਈ ਚ ਕ੍ਰੋਸ ਕੀਤਾ 2-3 ਦਿਨ ਲੱਗੇ ਮੈਨੂੰ ਕ੍ਰੋਸ ਕਰਨ ਨੂੰ ਕਹਿੰਦੀ ਮੈਂ ਜ਼ਿੱਦ ਪਾਈ ਆਪਣੇ ਦਿਮਾਗ ਨਾਲ ਕਿ ਨਹੀਂ ਮੈਂ ਉਰੀ ਬਹਿਣਾ ਮੈਂ ਹੁਣ ਕੁਛ ਨਹੀਂ ਕਰਨਾ ਤੇ ਮੈਂ ਕੁਛ ਸੋਚਣਾ ਵੀ ਨਹੀਂ ਕਿ ਮੈਂ ਅੱਗੇ ਕੀ ਕਰਨਾ ਕੀ ਆ ਤੇ ਕਹਿੰਦੀ ਜਿਵੇਂ ਮੈਂ ਉਹਨੂੰ ਕ੍ਰੋਸ ਕਰ ਲਿਓ ਸਥਿਤੀ ਨੂੰ ਕਹਿੰਦੀ ਬੱਸ ਕਹਿੰਦੀ ਉਹ ਦਿਨ ਤੇ ਆਜ਼ਾਦ ਦੇਣ ਕਹਿੰਦੀ ਮੈਨੂੰ ਨਹੀਂ ਪਤਾ ਕਿ ਮੇਰੇ ਅੰਦਰ ਕੀ ਚੇਂਜੇਸ ਆਏ ਨੇ ਤੇ ਮੈਂ ਇੰਨੀ ਆਨੰਦ ਚਾ ਉਹਦਾ ਹਸਬੈਂਡ ਦੇ ਮਤਲਬ ਉਹਦਾ ਆਪਰੇਸ਼ਨ ਚੱਲ ਰੇ ਸੀ ਉਹ ਕੁੜੀ ਨੇ ਹਾਸੇ ਮਖੌਲ ਨਾਲ ਉਹਦੀ ਗੱਲਾਂ ਸੁਣਾ ਰਹੀ ਸੀਗੀ ਇੱਥੇ ਤੱਕ ਡਿਸਕਸ ਕਰ ਲੈਂਦੀ ਸੀਗੀ ਕਿ ਉਹ ਮਰ ਜੂਗਾ ਕਿਉਂਕਿ ਉਹਦੀ ਏਜ ਜ਼ਿਆਦਾ ਤਾਂ ਮੈਂ ਨੈਕਸਟ ਡੇ ਮੇਰਾ ਕਲੀਪ ਪਲਾਨ ਹੋਊਗਾ ਮਤਲਬ ਉਹ ਕੁੜੀ ਇੱਥੇ ਤੱਕ ਵੀ ਡਿਸਕਸ ਕਰ ਲੈਂਦੀ ਆ ਔਨਲਾਈਨ ਬੈਠ ਕੇ ਕਿ ਹਾਂ ਮੈਨੂੰ ਵੀ ਪਤਾ ਮੇਰਾ ਹਸਬੰਦ ਬਿਮਾਰ ਆ ਬਡਾਉ ਨਹੀਂ ਉਮਰ ਆ ਉਹਨੇ ਮਰ ਜਾਣਾ ਤੇ ਮੈਂ ਵੀ ਸੋਚਦੀ ਆ ਕਿ ਜਦੋਂ ਉਹ ਮਰ ਗਿਆ ਉਸਕੇ ਅਗਲੇ ਦਿਨ ਮੈਂ ਕੀ ਕਰੂੰਗੀ ਮਨਨ ਇੰਨੀ ਉਹ ਸਟੇਬਲ ਆ ਉਹਦੇ ਅੰਦਰ ਇਮੋਸ਼ਨਸ ਜਿਹੜੇ ਅਪ ਡਾਉਨਸ ਨੇ ਡਾਉਨ ਘਟ ਗਏ ਨੇ ਤਾਂ ਇਹ ਜਿਹੜੀ ਚੀਜ਼ਾਂ ਨੇ ਨਾ ਇਹ ਚੀਜ਼ਾਂ ਉਦੋਂ ਹੀ ਆਣਗੀਆਂ ਜਦੋਂ ਤੁਸੀਂ ਆਪਣੇ ਆਪ ਨੂੰ ਇੱਕ ਤਾਂ ਬਹੁਤ ਛੋਟਾ ਸਮਝ ਲਓਗੇ ਕੁਦਰਤ ਦੇ ਬਹੁਤ ਛੋਟਾ ਅੰਸ਼ ਮੰਨ ਲਓਗੇ ਤਾਂ ਤੁਸੀਂ ਸਾਰੇ ਸਿਸਟਮ ਨੂੰ ਸਮਝਣ ਲੱਗ ਜਾਓਗੇ ਕਿਉਂਕਿ ਦੇਖੋ ਤੁਸੀਂ ਜਿੰਨਾ ਮਰਜੀ ਫਨ ਕਰ ਲਓ ਡੈਥ ਨੇ ਆਣੀ ਆਣਾ ਹਾਂ ਰੀਅਲਟੀ ਜਿਹੜੀ ਇਹ ਨੂੰ ਸਮਝਣਾ ਚਾਹੀਦਾ ਹੈ ਹਾਂ ਹਾਂ ਉਹ ਤਾਂ ਜਦੋਂ ਤੁਹਾਨੂੰ ਪਤਾ ਹੀ ਆ ਕਿ ਤੁਸੀਂ ਐਂਡ ਦੇ ਵਿੱਚ ਪੇਨ ਦੇ ਵਿੱਚ ਹੀ ਐਂਡ ਹੋਣਾ ਤਾਂ ਉਦੋਂ ਤੁਸੀਂ ਆਪਣੇ ਫਨ ਫਨ ਵਾਲੇ ਪਾਰਟ ਤੇ ਕੰਟਰੋਲ ਕਰਕੇ ਪੇਨ ਨੂੰ ਸਟੇਬਲ ਕਰਨਾ ਸਿੱਖ ਲੋਗੇ ਤਾਂ ਆਪਣੀ ਜਿਹੜੀ ਆਫਟਰ ਲਾਸਟ ਲਾਈਫ ਆ ਉਤ ਵੀ ਤੁਹਾਡੀ ਸਟੇਬਿਲਟੀ ਦੇ ਵਿੱਚ ਜਾਊਗੀ ਨਹੀਂ ਤਾਂ ਆਪਣਾ ਆਪ ਬਹੁਤ ਯੂਥ ਬਹੁਤ ਉੱਪਰ ਜਾਂਦਾ ਫਿਰ ਇੱਕਦਮ ਥੱਲੇ ਗਿਰਦੇ ਨੇ ਇੱਕਦਮ ਥੱਲੇ ਗਿਰਦੇ ਨੇ ਤੇ ਉਹ ਸਟੇਬਿਲਟੀ ਨਹੀਂ ਰਹਿੰਦੀ ਤੁਸੀਂ ਬਹੁਤ ਛੇਤੀ ਬੁਢੇ ਹੋ ਜਾਣਾ ਇੱਕ ਤਰੀਕੇ ਨਾਲ ਹਮ ਯਾ ਇਹ ਇਹ ਨਹੀਂ ਬਹੁਤ ਜ਼ਰੂਰੀ ਹੈ ਕਿ ਆਪਾਂ ਆਪਣੀ ਲਾਈਫ ਨੂੰ ਜਿੰਨਾ ਹੋ ਸਕੇ ਸਟੇਬਲ ਬਣਾਉਣ ਦੀ ਕੋਸ਼ਿਸ਼ ਕਰੀਏ ਹਨਾ ਬਹੁਤ ਫਲਕਚੁਏਸ਼ਨ ਉੱਤੇ ਥੱਲੇ ਫਲਕਚੁਏਸ਼ਨ ਫਲਕਚੁਏਸ਼ਨਸ ਤੋਂ ਕੱਢ ਕੇ ਤੇ ਉਹਨੂੰ ਇੱਕ ਨਾਰਮਲ ਜੀ ਸਟੇਬਲ ਜੀ ਲਾਈਫ ਬਣਾਈਏ ਤਾਂ ਆਪਾਂ ਆਪਣੀ ਲਾਈਫ 'ਚ ਨਾ ਆਨੰਦ ਲੈ ਕੇ ਆ ਸਕਦੇ ਹਾਂ ਫਨ ਦੀ ਜਗ੍ਹਾ ਤੇ ਹੋਣਾ ਤੇ ਇਹ ਆਪਾਂ ਨਾ ਆਪਣੀ ਦਿਨਚਰਿਆ ਨੂੰ ਦੇਖਣੀ ਚਾਹੀਦੀ ਆਪਾਂ ਨੂੰ ਆਪਣਾ ਪਿਛਲਾ ਹਫਤਾ ਸੋਚੋ ਵੀ ਤੁਸੀਂ ਕਿਵੇਂ ਕੱਢਿਆ ਨਾਤੇ ਉੱਚ ਤੁਹਾਨੂੰ ਆਪਣੇ ਆਪ ਹੀ ਆਪਣੇ ਪੈਟਰਨ ਪਤਾ ਲੱਗ ਜਾਣਗੇ ਕਿ ਤੁਹਾਡੇ ਪੈਟਰਨ ਕੀ ਨੇ ਤੁਸੀਂ ਉੱਤੇ ਥੱਲੇ ਜਾਣਦੇ ਹੋ ਕਿ ਤੁਸੀਂ ਇੱਕ ਇੱਕ ਜਹਜੀ ਥੋੜੀ ਸਟੇਬਲ 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 ਜੀ ਲਾਈਫ ਜਿਉਂਨੇ ਹੋ ਤੇ ਉਸ ਤੋਂ ਬਾਅਦ ਆਪਾਂ ਨੂੰ ਥੋੜੇ ਹੱਲ ਕੱਢਣੇ ਚਾਹੀਦੇ ਨੇ ਇਹਦੇ ਕਿ ਆਪਾਂ ਨੂੰ ਜੇ ਕੁਝ ਬਦਲਾਅ ਲੈ ਕੇ ਆਉਣੀ ਇਹਦੇ ਵਿੱਚ ਬਦਲਾਅ ਲੈ ਕੇ ਆਈਏ ਇੱਕ ਬੁੱਕ ਮੈਂ ਪੜ ਰਿਆਂ 4 ਹਰਸੋ ਵੀਕ ਉਹਨੇ ਬੜਾ ਸੋਹਣਾ ਇੱਕ ਤਰੀਕਾ ਦੱਸਿਆ ਹੋਇਆ ਉਹ ਕਹਿੰਦਾ ਕਿ ਟਾਸ ਕਰਿਆ ਕਰੋ ਤੇ ਕਦੀ ਕਦੀ ਆਪਣੇ ਆਪਣੇ ਨਾ ਜਿਵੇਂ ਤੁਸੀਂ ਮੰਨੋ ਕਿ ਪਾਰਟੀ ਦਾ ਇਨਵਿਟੇਸ਼ਨ ਆਇਆ ਤੁਹਾਡਾ ਜਾਂ ਤੁਸੀਂ दारू ਪੀਨੇ ਹੋ ਹਨਾ ਤਾਂ ਕੋਈ ਵੀ ਚੀਜ਼ ਜਿਹੜੀ ਤੁਹਾਨੂੰ ਫਨ ਤੁਹਾਡਾ ਦਿਲ ਕਰਦਾ ਮੈਂ ਕਰਨੀ ਆ ਤਾਂ ਕਹਿੰਦਾ ਕਿਉਂ ਨਹੀਂ ਕਹਿੰਦਾ ਦੋਸਤੋ ਪਹਿਲਾਂ ਟਾਸ ਕਰ ਲੋ ਤਾਂ ਹੈਡ 'ਚ ਮੈਂ ਪੀਊਂਗਾ ਟੇਲ 'ਚ ਮੈਂ ਨਹੀਂ ਪੀਊਂਗਾ ਤੇ ਉਹ ਕਹਿੰਦਾ ਕਿ ਇਹਦੇ ਨਾਲ ਕੀ ਹੁੰਦਾ ਨਾ ਥੋਡੇ ਤੁਹਾਨੂੰ ਤੁਹਾਡਾ ਤੁਸੀਂ ਆਪਣੇ ਦਿਮਾਗ ਨੂੰ ਦਿਮਾਗ ਨੂੰ ਕੰਟਰੋਲ ਕਰਨ ਲੱਗ ਜਾਂਦੇ ਤੇ ਤੁਸੀਂ ਕਦੀ ਕਦੀ ਇਨਟੈਂਸ਼ਨਲੀ ਕਹਿ ਦੋ ਮਤਲਬ ਕਹੋ ਕਹਿ ਸਕੋਗੇ ਕਿ ਨਹੀਂ ਮੈਂ ਨਹੀਂ ਕਰਨਾ ਮੈਨੂੰ ਪਤਾ ਮੇਰਾ ਦਿਲ ਕਰ ਰਿਹਾ ਕਰਨ ਦਾ ਤੇ ਮੈਂ ਨਹੀਂ ਕਰਨਾ ਤੇ ਇਹ ਇਹ ਕਹਿੰਦੇ ਥੋੜੇ ਬਾਰੀ ਇਹ ਪੈਟਰਨ ਯੂਜ਼ ਕਰੋਗੇ ਟਾਸ ਕਰਨ ਵਾਲਾ ਤਾਂ ਤੁਸੀਂ ਕੰਟਰੋਲ ਚ ਆ ਜਾਨੇ ਹੋ ਤੁਸੀਂ ਫਿਰ ਉਸ ਫਨ ਨੂੰ ਨਾ ਤੁਸੀਂ ਉਹਦੇ ਐਡਿਕਟ ਨਹੀਂ ਬਣਦੇ ਉਹਦੇ ਤੇ ਤੁਸੀਂ ਤੁਹਾਡੇ ਬ੍ਰੇਨ ਵੀ ਤੁਸੀਂ ਆਪਣਾ ਬਾਡੀ ਵੀ ਪ੍ਰਪੇਅਰ ਹੋ ਜਾਂਦੀ ਹੈ ਕਿ ਹਾਂ ਮੈਂ ਦੋਨੋਂ ਵਾਸਤੇ ਰੈਡੀ ਆ ਅੱਜ ਫਨ ਵਾਸਤੇ ਵੀ ਰੈਡੀ ਆ ਅੱਜ ਮੈਨੂੰ ਜੇ ਕੋਈ ਫਨ ਦਾ ਨਹੀਂ ਵੀ ਮੌਕਾ ਮਿਲਦਾ ਤਾਂ ਵੀ ਓਕੇ ਆ ਨਾ ਵੀ ਮੈਂ ਔਕੇ ਆ ਤਾਂ ਉਹ ਟਾਸ ਕਰਨ ਵਾਲਾ ਮੈਨੂੰ ਬੜਾ ਵਧੀਆ ਲੱਗਿਆ ਸੀ ਕਨਸੈਪਟ ਕਿਉਂਕਿ ਤੁਹਾਨੂੰ ਖੁਦ ਬਾ ਖੁਦ ਕੰਟਰੋਲ ਕਰਨਾ ਬੜਾ ਔਖਾ ਪਰ ਜੇ ਤੁਸੀਂ ਟਾਸ ਕਰ ਲੈਨੇ ਹੋ ਤਾਂ ਐਟਲੀਸਟ 50% ਹੋਊਗਾ ਕਿ ਹਾਂ ਤੁਸੀਂ ਇੰਜੋਏ ਵੀ ਕਰੋਗੇ ਤੇ 50% ਦੇ ਵਿੱਚ ਹੋ ਸਕਦਾ ਕਿ ਤੁਸੀਂ ਕਹੋਗੇ ਕਿ ਨਾ ਮੈਂ ਨਾ ਵੀ ਕਰ ਸਕਦਾ ਇਸ ਚੀਜ਼ ਨੂੰ ਨਾ ਵੀ ਕਰ ਸਕਦਾ ਮੈਂ ਇਹਦਾ ਐਡਿਕਟ ਨਹੀਂ ਬਣੂੰਗਾ ਹੈਲੋ ਗੁੱਡ ਜੀ ਗੁੱਡ ਤੇ ਬਾਕੀ ਕਿਸੇ ਨੂੰ ਕੋਈ ਆਪਣੇ ਪੋਡਕਾਸਟ ਨਾ ਸੁਣੇ ਜਾਂ ਨਾ ਸੁਣੇ ਆਪਾਂ ਨੂੰ ਤਾਂ ਮਜ਼ਾ ਆ ਰਿਹਾ ਹੈ ਕਰਕੇ ਆਪਾਂ ਗੱਲਾਂ ਕਰ ਲੈਣੇ ਆ ਤੇ ਬਾਏ ਦਾਵੇ ਮੁਬਾਰਕਾਂ ਦੀ ਆਪਣੇ ਜਿਹੜੇ ਸਬਸਕ੍ਰਾਈਬਰ ਨੇ ਉਹ ਵੀ 1k ਹੋ ਗਏ ਨੇ ਅੱਜ 1k ਸਬਸਕ੍ਰਾਈਬਰ ਤੇ ਆਪਾਂ ਅਜੇ ਤੱਕ ਨਹੀਂ ਕਿਸੇ ਨੂੰ ਕਿਹਾ ਕਿ ਸਾਡਾ ਚੈਨਲ ਸਬਸਕ੍ਰਾਈਬ ਕਰੋ ਹਨਾ ਇਹ ਚੀਜ਼ ਮੈਨੂੰ ਬਹੁਤ ਵਧੀਆ ਲੱਗੀ ਕਿ ਆਪਾਂ ਨਹੀਂ ਕਿਹਾ ਕਿਉਂਕਿ ਆਪਾਂ ਚਾਹਦੇ ਹੀ ਇਸ ਤਰੀਕੇ ਦੇ ਆ ਕਿ ਜਿਹੜੇ ਲੋਕ ਸਾਡੇ ਸੋਚ ਦੇ ਨਾਲ ਮੇਲ ਖਾਂਦੇ ਨੇ ਤੇ ਉਹੀ ਸਾਡੇ سبسਕਰਾਈਬਰ ਬਣ ਤੇ ਉਹਨਾਂ ਨਾਲ ਹੀ ਅਸੀਂ ਗੱਲਬਾਤ ਕਰੀਏ ਵਹਿਜੇ ਲੋਕਾਂ ਨਾਲ ਹੀ ਜੁੜੀਏ ਜਿਹੜੇ ਕਿ ਐਕਚੁਅਲੀ ਸਾਡੀ ਫਿਲਾਸਫੀ ਨੂੰ ਸਮਝਦੇ ਨੇ ਹਨਾ ਤੇ ਜਿਹੜੇ ਸੁਣ ਰਹੇ ਨੇ ਉਹਨਾਂ ਨੂੰ ਵੀ ਆਪਾਂ ਕਵਾਂਗੇ ਵੀ ਤੁਸੀਂ ਜਰੂਰ ਵਿੱਚ ਪਾਰਟਿਸਪੇਟ ਕਰਿਆ ਜਨਨ ਨੂੰ ਭਾਈ ਹਾਂ ਮਾ ਵੀ ਕਹਿ ਰਿਹਾ ਜਿਨ੍ਹਾਂ ਨੂੰ ਆਨੰਦ ਆਉਣਾ ਉਹ ਆਨੰਦ ਮਾਨਣ ਸਾਡੇ ਨਾਲ ਠੀਕ ਹੈ ਨਾ ਜਿਨ੍ਹਾਂ ਨੂੰ ਬੋਰਿੰਗ ਲੱਗਦੇ ਨੇ ਉਹ ਭਾਈ ਨਾ ਸਬਸਕ੍ਰਾਈਬ ਕਰੋ ਜਿਨ੍ਹਾਂ ਨੂੰ ਆਨੰਦ ਆਉਂਦਾ ਉਹ ਆਪਣੇ ਆਪ ਹੀ ਕਰਨਗੇ ਉਹਨਾਂ ਨੂੰ ਕਹਿਣ ਦੀ ਲੋੜ ਹੀ ਨਹੀਂ ਉਹਨਾਂ ਨੂੰ ਕਹਿਣ ਦੀ ਲੋੜ ਨਹੀਂ ਹੈਗੀ ਯਾ 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 ਚਲੋ ਜੀ ਥੈਂਕ ਯੂ ਸੋ ਮਚ ਤੇ ਗੁੱਡ ਨਾਈਟ ਤੇ ਆਪਾਂ ਫੇਰ ਮਿਲਦੇ ਹਾਂ ਦੁਬਾਰਾ ਠੀਕ ਹੈ ਜੀ ਓਕੇ ਜੀ ਓਕੇ ਜੀ ਓਕੇ